Shamadan. ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿਚ ਤੁਹਾਡਾ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਅੱਜ ਤਰੀਕ ਹੈ 29 ਅਕਤੂਬਰ, ਦਿਨ ਹੈ ਵੀਰਵਾਰ, ਸ਼ਾਮ ਦੇ 5:31 ਹੋਏ ਨੇ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ, ਜੋ ਤੁਹਾਨੂੰ ਸੈਟਲ ਏਰੀਆ ਦੇ ਵਿਚ ਲੋਕਲ ਵਰਕ ਦਿੰਦੀ ਹੈ। ਇਨ੍ਹਾਂ ਨੂੰ ਓਨਰ ਅਪਰੇਟਰ ਤੇ ਡਰਾਈਵਰ ਚਾਹੀਦੇ ਨੇ। ਤੁਹਾਡੀ ਸਹੂਲਤ ਦੇ ਲਈ ਪੰਜਾਬੀ ਚ ਡਿਸਪੈਚ ਕੀਤਾ ਜਾਂਦਾ। ਸੋ ਤੁਸੀਂ ਸੁਬਹਾ ਕੰਮ ਤੇ ਜਾਓ ਸ਼ਾਮ ਨੂੰ ਘਰੇ, ਸ਼ਾਮ ਨੂੰ ਕੰਮ ਤੇ ਜਾਓ ਸੁਬਹਾ ਘਰੇ। ਸੋ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ ਸੰਪਰਕ ਕਰੋ 206-354-4060, ਜਾਂ ਫਿਰ ਜਗਦੇਵ ਸੰਧੂ ਹੋਰਾਂ ਨਾਲ 253-266-6924 ਤੇ। ਬੇਕਰਸਫੀਲਡ ਏਰੀਏ ਦੇ ਬਿਜਲੀ ਦੇ ਬਿੱਲਾਂ ਨੂੰ ਜ਼ੀਰੋ ਕਰਨ ਦੇ ਲਈ ਤੁਸੀਂ ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਦੇ ਨਾਲ 6617541722 ਤੇ, 6607547-1722 ਤੇ। J&H ਐਕਸਪ੍ਰੈਸ, ਜੋ ਸੈਟਲ ਏਰੀਏ ਦੇ ਵਿਚ ਤੁਹਾਨੂੰ ਲੋਕਲ ਵਰਕ ਦਿੰਦੀ ਹੈ, ਇਨ੍ਹਾਂ ਨੂੰ ਓਨਰ ਅਪਰੇਟਰ ਤੇ ਡਰਾਈਵਰ ਚਾਹੀਦੇ ਨੇ। 206-550-0008 ਤੇ ਕਾਲ ਕਰੋ। ਇਹ ਵੀ ਤੁਹਾਨੂੰ ਪੰਜਾਬੀ ਦੇ ਵਿਚ ਡਿਸਪੈਚ ਦਿੰਦੇ ਨੇ, ਬੈਨੀਫਿਟ ਬਹੁਤ ਅੱਛੇ ਦਿੰਦੇ ਨੇ, ਤੁਸੀਂ ਇਕ ਵਾਰੀ ਕਾਲ ਜ਼ਰੂਰ ਕਰ ਲਓ। ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ ਤੇ ਜਗਜੀਤ ਸਿੰਘ ਲੰਡਨ ਵੱਲੋਂ। ਸੋ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜ ਗਏ ਨੇ। ਢਿੱਲੋ ਸਾਹਿਬ, ਸਤਿ ਸ੍ਰੀ ਅਕਾਲ ਜੀ। ਜੀ ਢਿੱਲੋ ਸਾਹਿਬ, ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਤਾਂ ਕਹਿੰਦੇ ਬੜੀ ਚਰਚਾ ਕਿ ਕਹਿੰਦੇ ਪੰਜਾਬ ਸਰਕਾਰ ਵੀ ਗੈਂਗਸਟਰਾਂ ਦਾ ਸਾਥ ਦੇਣ ਲੱਗ ਪਈ ਹੈ, ਤੇ ਯੂਪੀ ਦੇ ਇੱਕ ਬੜੇ ਕੁਖਿਆਤ ਜਿਹਨੂੰ ਕਹਿੰਦੇ ਖਤਰਨਾਕ ਗੈਂਗਸਟਰ ਹੈ ਮੁਖਤਾਰ ਅੰਸਾਰੀ, ਕਹਿੰਦੇ ਉਹਨੂੰ ਇਹਦੇ ਬਚਾਅ ਦੇ ਉਥੋਂ ਦੀ ਇੱਕ ਵਿਧਾਇਕਾ ਨੇ ਦੋਸ਼ ਲਾਏ ਨੇ। ਕੌਣ ਆ ਵਿਧਾਇਕਾ? ਵਿਧਾਇਕਾ ਦਾ ਨਾਂ ਹੈਗਾ ਜੀ ਅਲਕਾ ਰਾਏ ਜੀ, ਔਰ ਇਹ ਉਸ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਵਾਈਫ ਹੈ ਜੀ, ਜਿਸ ਵਿਧਾਇਕ ਨੂੰ ਕਤਲ ਕਰਵਾਉਣ ਦਾ ਦੋਸ਼ ਮੁਖਤਾਰ ਅੰਸਾਰੀ ਤੇ ਲੱਗਿਆ ਸੀ, ਤੇ ਲੱਗਿਆ ਕਦੋਂ ਸੀ? 2005 ਜੀ। ਉਦੋਂ ਤੋਂ ਮੁਖਤਾਰ ਅੰਸਾਰੀ ਜੇਲ ਦੇ ਵਿਚ ਹੈ ਜੀ। ਹੁਣ ਉਹ ਇੱਕ ਐਕਸਟੋਰਸ਼ਨ ਦੇ ਕੇਸ ਤੇ ਹੋਰ ਜਿਹੜੇ ਹੈਗੇ ਨਿੱਕੇ ਮੋਟੇ ਕੇਸਾਂ ਦੇ ਸੰਬੰਧ ਵਿਚ ਪੰਜਾਬ ਦੇ ਵਿਚ ਉਹਨੂੰ ਲੈ ਕੇ ਆਂਦਾ ਗਿਆ ਸੀ ਜੀ। ਪੰਜਾਬ ਦੇ ਵਿਚ ਹੀ ਉਹ ਬੰਦ ਹੈ ਪਿਛਲੇ ਕਾਫੀ ਸਮੇਂ ਤੋਂ ਜੀ। ਯੋਗੀ ਆਦਿਤਿਆ ਨਾਥ ਹੁਣ ਇਹ ਚਾਹੁੰਦਾ ਹੈ ਕਿ ਉਸ ਬੰਦੇ ਨੂੰ ਯੂਪੀ ਦੇ ਵਿਚ ਲਿਆਂਦਾ ਜਾਵੇ ਜੀ। ਵਾਰ ਵਾਰ ਮਤਲਬ ਉਹਨੂੰ ਲਿਆਉਣ ਵਾਸਤੇ ਜਿਹੜੇ ਪ੍ਰੋਡਕਸ਼ਨ ਬ੍ਰਾਂਚ ਉਥੋਂ ਆਉਂਦੇ ਆ ਕਿ ਲੈ ਕੇ ਜੀ ਛੇਤੀ ਜਾਓ ਛੇਤੀ ਜਾਓ ਛੇਤੀ ਜਾਓ ਜੀ। ਇਹ ਠੀਕ ਹੈ ਕਿ ਅਦਾਲਤਾਂ ਵੱਲੋਂ ਵਾਰੰਟ ਕੱਢੇ ਜਾਂਦੇ ਆ ਕਿ ਬੰਦੇ ਨੂੰ ਲੈ ਕੇ ਆਓ, ਕੇਸ ਵਗੈਰਾ ਉੱਥੇ ਪੈਂਡਿੰਗ ਹੁੰਦੇ ਆ, ਲੇਕਿਨ ਜਿਹੜਾ ਕ੍ਰਿਸ਼ਨਾਨੰਦ ਰਾਏ MLA ਮਾਰਿਆ ਗਿਆ ਸੀ ਜੀ, ਉਸ ਕੇਸ ਦੇ ਵਿਚੋਂ ਇਹ ਬਰੀ ਹੋ ਗਿਆ ਸੀ। ਔਰ ਇਹ ਬਰੀ ਹੋਣ ਤੋਂ ਬਾਅਦ ਉਹਦਾ ਉਹਦੇ ਨਾਲ ਕੋਈ ਲਾਗਾ ਦੇਗਾ ਨੀ ਸਾਬਤ ਨਹੀਂ ਹੋ ਸਕਿਆ ਜੀ। ਲੇਕਿਨ ਜਿਸ ਕਿਸਮ ਦੇ ਹਾਲਾਤ ਹੈ, ਯੋਗੀ ਆਦਿਤਿਆ ਨਾਥ ਜਿਵੇਂ ਯੂਪੀ ਦੇ ਵਿਚ ਗੈਂਗਸਟਰਾਂ ਦਾ ਸਫਾਇਆ ਕਰਨ ਦੇ ਵਿਚ ਲੱਗੇ ਹੋਏ ਹੈ, ਔਰ ਉਹਨਾਂ ਨੇ ਆਪ ਹੀ ਕਿਹਾ ਸੀ ਕਿ ਮੇਰੇ ਰਾਜ ਦੇ ਵਿਚ ਬਦਮਾਸ਼ ਰਹਿਣਗੇ ਨੀ, ਜਾਂ ਤਾਂ ਇਹ ਉੱਪਰ ਜਾਣਗੇ ਤੇ ਜਾਂ ਇਹ ਜੇਲਾਂ ਦੇ ਵਿਚ ਜਾਣਗੇ ਜੀ। ਔਰ ਇਹਦਾ ਜਿਹੜਾ ਹੈਗਾ ਲੇਟੈਸਟ ਆਪਾਂ ਦੇਖੀਏ ਇੰਸੀਡੈਂਟ ਜਾਂ ਐਪੀਸੋਡ, ਉਹ ਸੀ ਵਿਕਾਸ ਦੁਬੇ ਜੀ। ਵਿਕਾਸ ਦੁਬੇ BJP ਦੇ ਕਲੋਜ ਸੀ ਜੀ। ਵਿਕਾਸ ਦੁਬੇ ਨੂੰ ਪਾਲਿਆ ਪੋਸਿਆ ਵੱਡਾ ਕੀਤਾ, ਉਹਦੀ ਚੌਧਰ ਚਮਕਾਈ BJP ਨੇ, ਜੇ ਲੋੜ ਪੈਂਦੀ ਸੀ ਉਹ BSP ਵਾਲੇ ਪਾਸੇ ਵੀ ਚਲਾ ਜਾਂਦਾ ਸੀ, ਸਾਰਾ ਕੁਛ ਇਹਨਾਂ ਨੇ ਕੀਤਾ ਸੀ। BJP ਨੇ ਕਦੇ ਵੀ ਉਹਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਸੀ, ਲੇਕਿਨ ਜਦੋਂ ਉਹਦੀ ਅਪਰਾਧ ਦੀ ਸ਼ਕਤੀ ਇੰਨੀ ਜ਼ਿਆਦਾ ਵੱਧ ਗਈ ਕਿ ਉਹਨੇ ਬਹੁਤ ਵੱਡੇ ਪੱਧਰ ਦੇ ਉੱਤੇ ਮਾਰ ਕੁਟਾਈ ਸ਼ੁਰੂ ਕਰ ਦਿੱਤੀ, ਲੋਕਾਂ ਦੀ ਲੁੱਟਮਾਰ ਸ਼ੁਰੂ ਹੋ ਗਈ ਜੀ, ਤੇ ਫਿਰ ਜਿਹੜਾ ਪੁਲਿਸ ਦੇ ਇੱਕ ਅਫੀਸਰ ਨੇ ਡੇਅਰ ਕੀਤਾ ਕਿ ਉਹਨੂੰ ਫੜਿਆ ਜਾਵੇ ਜੀ। ਔਰ ਅੰਦਰੋਂ ਹੀ ਪੁਲਿਸ ਦੇ ਇੱਕ ਹਿੱਸੇ ਦੇ ਵਿੱਚੋਂ ਇੱਕ ਅਫੀਸਰ ਨੇ ਦੱਸ ਦਿੱਤਾ ਕਿ ਤੈਨੂੰ ਫੜਨ ਵਾਸਤੇ ਆਉਂਦੇ ਆ, ਤੇ ਉਹਨੇ ਕਈ ਸਾਰੇ ਪੁਲਿਸ ਵਾਲਿਆਂ ਨੂੰ ਆਪਣੇ ਘਰ ਦੇ ਵਿੱਚ ਹੀ ਲੁਕੋ ਲਿਆ ਸੀ, ਲੁਕੋ ਲਿਆ ਨਹੀਂ ਸੀ ਕਤਲ ਕਰਤਾ ਸੀ, ਸੋਰੀ ਹਾਂਜੀ, 7-8 ਬੰਦਿਆਂ ਨੂੰ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਸਾਰੀ ਯੂਪੀ ਦੇ ਵਿੱਚ ਹਾਹਾਕਾਰ ਮਚ ਗਈ ਜੀ ਜੀ। ਔਰ ਉਹ ਬੰਦਾ ਭੱਜ ਕੇ ਚਲਾ ਗਿਆ ਸੀ ਮੱਧ ਪ੍ਰਦੇਸ਼ ਦੇ ਇੱਕ ਮੰਦਰ ਬੰਦਰ ਦੇ ਵਿੱਚ ਜਿੱਥੋਂ ਫੜਿਆ ਗਿਆ ਸੀ, ਉਸ ਮੰਦਰ ਦੇ ਵਿੱਚੋਂ ਫੜਿਆ ਨਹੀਂ ਗਿਆ ਸੀ, ਉਹਨੇ ਸਰੈਂਡਰ ਕੀਤਾ ਸੀ ਜੀ। ਉਸ ਬੰਦੇ ਨੇ ਮੀਡੀਆ ਵਾਲਿਆਂ ਨੂੰ ਬੁਲਾਇਆ, ਉਹਨੇ ਮੀਡੀਆ ਵਾਲਿਆਂ ਨੂੰ ਬੁਲਾ ਕੇ ਕਿਹਾ ਕਿ ਮੈਂ ਹਾਂ ਵਿਕਾਸ ਦੁਬੇ ਜੀ ਜੀ,
ਓਹਨੇ ਆਪਣਾ ਪੂਰਾ ਨਾਂ ਲੈ ਕੇ ਮੈਂ ਉਹ ਆਦਮੀ ਹੈ ਜਿਹਨੂੰ ਪੁਲਿਸ ਭਾਲਦੀ ਫਿਰਦੀ ਹੈ ਤੇ ਫੇਰ ਦੇਖੋ ਕਿਉਂਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਦਾ ਪ੍ਰੈਸ਼ਰ ਹੋਣਾ ਆਮ ਤੌਰ ਤੇ ਨਿਜ਼ਮੇ ਹੁੰਦਾ ਕਿ ਜਦੋਂ ਕੋਈ ਬੰਦਾ ਕਿਤੇ ਕੋਈ ਪੁਲਿਸ ਨੂੰ ਅਰੈਸਟ ਕਰ ਲਵੇ ਜੀ ਓਹਦੀ ਬਕਾਇਦਾ ਗ੍ਰਿਫ਼ਤਾਰੀ ਪਾਉਂਦੀ ਹੈ ਲੇਕਿਨ ਓਹਦੀ ਗ੍ਰਿਫ਼ਤਾਰੀ ਨਹੀਂ ਸੀ ਪਈ ਜੀ ਔਰ ਓਹਨੂੰ ਹੈਂਡ ਓਵਰ ਕਿਹਦੇ ਕੀਤਾ ਸੀ ਐਸ ਟੀ ਐਫ ਨੇ ਜਿਹੜੀ ਉੱਤਰ ਪ੍ਰਦੇਸ਼ ਦੀ ਐਸ ਟੀ ਐਫ ਹੈ ਉਸੇ ਐਸ ਟੀ ਐਫ ਨੂੰ ਲੈ ਕੇ ਜਦੋਂ ਆ ਰਹੀ ਸੀ ਤੇ ਮੀਡੀਆ ਨੂੰ ਪਹਿਲਾਂ ਹੀ ਇਹ ਖਦਸ਼ਾ ਸੀ ਜੀ ਕਿ ਇਹਦਾ ਕੰਮ ਤਮਾਮ ਹੋਣੇ ਵਾਲਾ ਹੈ ਕਿਉਂਕਿ ਜੋਤੀ ਆਦਿੱਤਿਆਨਾਥ ਨੇ ਕਹਿ ਦਿੱਤਾ ਸੀ ਕਿ ਗੱਲਾਂ ਦੋ ਹੀ ਹੋਣਗੀਆਂ ਬੰਦਾ ਜੇਲ੍ਹ ਚ ਹੋਊਗਾ ਜਾਂ ਉੱਪਰ ਜਾਊਗਾ ਔਰ ਮੀਡੀਆ ਉੱਥੇ ਹੀ ਉਹਦੇ ਪਿੱਛੇ ਲੱਗ ਗਿਆ ਸੀ ਖਾਸ ਕਰਕੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਨੇੜਲਾ ਮੀਡੀਆ ਅੱਜ ਤੱਕ ਅੜੇ ਵੀ ਲੱਗੇ ਹੋਏ ਜੀ ਔਰ ਜਦੋਂ ਕਾਨਪੁਰ ਦੇ ਨੇੜੇ ਆਏ ਕਾਨਪੁਰ ਦੇ ਨੇੜੇ ਆ ਕੇ ਫਿਰ ਇੱਕ ਜਿਹੜਾ ਹੈਗਾ ਟੋਲ ਪਲਾਜ਼ਾ ਆ ਗਿਆ ਸੀ ਟੋਲ ਪਲਾਜ਼ੇ ਦੇ ਫਾਟਕ ਕਰਤੇ ਬੰਦ ਜੀ ਔਰ ਮੀਡੀਆ ਨੂੰ ਰੋਕ ਦਿੱਤਾ ਮੀਡੀਆ ਗਾਹ ਨੀ ਜਾ ਸਕਿਆ ਤੇ ਫਿਰ ਕਹਿੰਦੇ ਜੀ ਗੱਡੀ ਪਲਟ ਗਈ ਤੇ ਵਿਕਾਸ ਦੁਬੇ ਜਿਹੜਾ ਹੈਗਾ ਗੋਲੀ ਲੈ ਕੇ ਭੱਜ ਆਪਣੀ ਗੰਨ ਖੋ ਕੇ ਭੱਜ ਗਿਆ ਪੁਲਿਸ ਜੀ ਜੀ ਦੱਸੋ ਫਿਰ ਉਹਨੂੰ ਜਿਹੜਾ ਹੈਗਾ ਡਾਂਟਿਆ ਜਦੋਂ ਨਾ ਰੁਕਿਆ ਤਾਂ ਉਹ ਤੋਂ ਬਾਅਦ ਗੋਲੀ ਚਲਾਈ ਤੇ ਕ੍ਰਾਸ ਫਾਇਰਿੰਗ ਦੇ ਵਿਚੋਂ ਮਾਰਿਆ ਜੀ ਹੁਣ ਮੁਖਤਾਰ ਅੰਸਾਰੀ ਨੂੰ ਵੀ ਇਹੀ ਖਰਚਾ ਤੇ ਮੈਨੂੰ ਵੀ ਉਹੀ ਕੁਛ ਕਰਨੀ ਇਹ ਤੋਂ ਪਹਿਲਾਂ ਵੀ ਜਦੋਂ ਉੱਤਰ ਪ੍ਰਦੇਸ਼ ਦੀ ਪੁਲਿਸ ਉਹਨੂੰ ਲੈਣ ਵਾਸਤੇ ਆਈ ਹੈ ਤੇ ਉਦੋਂ ਉਹਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਜੀ ਕਿ ਜੇ ਮੈਨੂੰ ਲੈ ਕੇ ਜਾਣਾ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਮੈਨੂੰ ਬਾਈ ਰੋਡ ਨਾ ਬਾਈ ਏਅਰ ਲੈ ਕੇ ਜਾਓ ਜੀ ਔਰ ਉਹਦੇ ਲਈ ਉਹਨੇ ਕਿਹਾ ਸੀ ਕਿ ਖਰਚਾ ਵੀ ਮੈਂ ਬਰਦਾਸ਼ਤ ਕਰ ਲੂੰਗਾ ਖਰਚਾ ਸਾਰਾ ਮੈਂ ਦੇ ਜੀ ਪਰ ਜੇ ਬਾਈ ਏਅਰ ਲਿਜਾਇਆ ਜਾ ਸਕਦਾ ਤਾਂ ਜਹਾਜ਼ ਪਲਟ ਨਹੀਂ ਸਕਦਾ ਹਾਂ ਬਿਲਕੁਲ ਜੀ ਬਿਲਕੁਲ ਜਿਵੇਂ ਗੱਡੀ ਪਲਟਤੀ ਸੋ ਉਹ ਮਾਮਲਾ ਜਿਹੜਾ ਹੈਗਾ ਇੱਕ ਵਾਰੀ ਉਹ ਵਾਪਸ ਚਲੇ ਗਏ ਤੇ ਹੁਣ ਦੁਬਾਰਾ ਫਿਰ ਉਹਨੂੰ ਲੈਣ ਵਾਸਤੇ ਆਈ ਸੀ ਯੂਪੀ ਦੀ ਪੁਲਿਸ ਯੂਪੀ ਦੀ ਪੁਲਿਸ ਨੇ ਹੁਣ ਕਿਹਾ ਕਿ ਸਾਨੂੰ ਇਹ ਬੰਦਾ ਚਾਹੀਦਾ ਲੇਕਿਨ ਰੋਪੜ ਦੀ ਜੇਲ੍ਹ ਵਾਲਿਆਂ ਨੇ ਉਹਨੂੰ ਦੇਣ ਤੋਂ ਇਨਕਾਰ ਕਰਤਾ ਕਾਰਨ ਇਹ ਹੈ ਕਿ ਉਹਦਾ ਇੱਕ ਮੈਡੀਕਲ ਬੋਰਡ ਨੇ ਚੈੱਕਅਪ ਕੀਤਾ ਜੀ ਉਸ ਤੋਂ ਪਹਿਲਾਂ ਪੀਜੀਆਈ ਦੇ ਵਿੱਚ ਉਹ ਟ੍ਰੀਟਮੈਂਟ ਕਰਾਉਂਦਾ ਜਿਹੜਾ ਮੈਡੀਕਲ ਬੋਰਡ ਨੇ ਚੈੱਕਅਪ ਕੀਤਾ ਮੈਡੀਕਲ ਬੋਰਡ ਇਹ ਗੱਲ ਕਹਿੰਦਾ ਕਿ ਇਹ ਬੰਦਾ ਸ਼ੂਗਰ ਦਾ ਪੇਸ਼ੈਂਟ ਹੈ ਜੀ ਇਹ ਬੰਦਾ ਜਿਹੜਾ ਹੈਗਾ ਡਿਪਰੈਸ਼ਨ ਦਾ ਸ਼ਿਕਾਰ ਵੀ ਹੈ ਔਰ ਇਸ ਬੰਦੇ ਦੇ ਬੈਕ ਬੋਨ ਦੇ ਵਿੱਚ ਪੇਨ ਵੀ ਪੇਨ ਵੀ ਘੱਟੋ ਘੱਟ ਨੂੰ 3 ਮਹੀਨੇ ਰੈਸਟ ਚਾਹੀਦੀ ਨਿਜ਼ਮ ਇਹ ਹੈ ਕਿ ਜੇ ਕੋਈ ਬੰਦਾ ਡਾਕਟਰ ਲਿਖ ਦੇਵੇ ਕਿ ਰੈਸਟ ਤੇ ਹੈ ਤੇ ਉਹਨੂੰ ਫਿਰ ਜਿਹੜਾ ਹੈਗਾ ਜੇਲ੍ਹ ਹੈਂਡ ਓਵਰ ਨਹੀਂ ਕਰ ਸਕਦੀ ਬਿਲਕੁਲ ਅਦਾਲਤੀ ਹੁਕਮ ਦੇ ਬਾਵਜੂਦ ਤੁਸੀਂ ਕਹਿੰਦੇ ਵੀ ਨਹੀਂ ਕਰਦੇ ਇਹਦੇ ਤੇ ਹੁਣ ਜਿਹੜੀ ਅਲਕਾ ਰਾਏ ਹੈ ਅਲਕਾ ਰਾਏ ਨੇ ਪ੍ਰਿੰਕਾ ਗਾਂਧੀ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੀ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਬਚਾ ਰਹੀ ਹੈ ਮੁਖਤਾਰ ਅੰਸਾਰੀ ਜੀ ਹੁਣ ਵੱਡੀ ਗੱਲ ਇਹ ਕਿ ਜਿਵੇਂ ਤੁਸੀਂ ਕਹਿੰਦੇ ਬਹੁਤ ਖਤਰਨਾਕ ਅਪਰਾਧੀ ਹੈ ਬਹੁਤ ਗੈਂਗਸਟਰ ਜੇ ਹੁਣ ਆਪਾਂ ਮੁਖਤਾਰ ਅੰਸਾਰੀ ਦੀ ਹਿਸਟਰੀ ਦੇਖੀਏ ਕਿ ਮੁਖਤਾਰ ਅੰਸਾਰੀ ਕਿਸ ਪਰਿਵਾਰ ਦੇ ਵਿੱਚੋਂ ਆਉਂਦਾ ਹੈ ਜੀ ਔਰ ਮੁਖਤਾਰ ਅੰਸਾਰੀ ਜਿਹੜਾ ਹੈਗਾ ਉਹ ਲੋਕ ਉਹਨੂੰ ਉੱਥੋਂ ਦੇ ਕੀ ਸਮਝਦੀ ਮੁਖਤਾਰ ਅੰਸਾਰੀ ਨੂੰ ਉਸ ਇਲਾਕੇ ਦੇ ਲੋਕ ਖਾਸ ਕਰਕੇ ਜਿਹਨੂੰ ਅਸੀਂ ਪੂਰਵਾਂਚਲ ਕਹਿੰਦੇ ਹਾਂ ਹਾਂਜੀ ਹਾਂਜੀ ਉੱਤਰ ਪ੍ਰਦੇਸ਼ ਉਹ ਲੋਕ ਰਾਵਣ ਹੁਣ ਸਮਝਦੇ ਅੱਛਾ ਜੀ ਉਹ ਕਹਿੰਦੇ ਕਿ ਇਹ ਅਮੀਰਾਂ ਦੀ ਬੇਸ਼ੱਕ ਲੁੱਟਮਾਰ ਕਰਦਾ ਲੇਕਿਨ ਗਰੀਬਾਂ ਦੀ ਬਹੁਤ ਮਦਦ ਕਰਦਾ ਅੱਛਾ ਜੀ ਉਹਦੇ ਬਾਰੇ ਇਹ ਸਮਝਿਆ ਜਾਂਦਾ ਕਿ ਜਦੋਂ ਮੁਖਤਾਰ ਅੰਸਾਰੀ ਦੇ ਕੋਲ ਕੋਈ ਵੀ ਲੋੜਵੰਦ ਚਲਾ ਜਾਵੇ ਉਹ ਮੁਸਲਮਾਨ ਹੋਵੇ ਉਹ ਹਿੰਦੂ ਹੋਵੇ ਉਹ ਸਿੱਖ ਹੋਵੇ ਜੀ ਉਹਦੀ ਲੋੜ ਪੂਰੀ ਕਰਦਾ ਹੈ ਜੇ ਵਿਕਾਸ ਦੇ ਕੰਮ ਕਰਾਉਣੇ ਹੋਣ ਜਿਹੜਾ ਫੰਡ ਉਹਨੂੰ ਬਤੌਰ MLA ਮਿਲਦਾ ਉਹ ਤੋਂ ਕਈ ਕਈ ਗੁਣੇ ਜ਼ਿਆਦਾ ਫੰਡ ਉਹ ਆਪਣੀ ਜੇਬ ਦੇ ਵਿੱਚੋਂ ਖਰਚ ਕਰ ਦਿੰਦਾ ਹੈ ਅੱਛਾ ਜੀ ਔਰ ਜੇ ਉਸ ਬੰਦੇ ਦੀ ਪਰਿਵਾਰਕ ਹਿਸਟਰੀ ਦੇਖੀ ਤਾਂ ਪਰਿਵਾਰਕ ਤੌਰ ਤੇ ਬਹੁਤ ਜਿਹੜਾ ਹੈਗਾ ਉਸ ਪਰਿਵਾਰ ਨਾਲ ਸੰਬੰਧਿਤ ਹੈ ਉਹਦਾ ਦਾਦਾ 1926-27 ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਹੁੰਦਾ ਸੀ ਜੀ ਜੀ ਆਲ ਇੰਡੀਆ ਕਾਂਗਰਸ ਕਮੇਟੀ 1926-27 ਦੇ ਵਿੱਚ ਜੀ ਔਰ ਮਹਾਤਮਾ ਗਾਂਧੀ ਦੇ ਬਹੁਤ ਨੇੜੇ ਸੀ ਉਹਦਾ ਨਾਨਾ ਬ੍ਰਿਗੇਡੀਅਰ ਉਸਮਾਨ ਜੀ 1947 ਦੇ ਵਿੱਚ ਜਦੋਂ ਪਾਕਿਸਤਾਨ ਨੇ ਕਬਜ਼ਾ ਆਪਣਾ ਅਟੈਕ ਕੀਤਾ ਭਾਰਤ ਦੇ ਉੱਤੇ ਕਸ਼ਮੀਰ ਦਾ ਇੱਕ ਹਿੱਸਾ ਹਥਿਆਰ ਤੇ ਦੂਜੇ ਨੂੰ ਹਥਿਆਰੇ ਸੀ ਜੀ ਜੀ ਉਸ ਵੇਲੇ ਪਾਕਿਸਤਾਨ ਦੀਆਂ ਫੌਜਾਂ ਦੇ ਨਾਲ ਬੜੀ ਬਹਾਦਰੀ ਨਾਲ ਲੜਿਆ ਸੀ ਉਸ ਬੰਦੇ ਨੂੰ ਮਹਾਵੀਰ ਚੱਕਰ ਅਵਾਰਡ ਮਿਲਿਆ ਸੀ ਹਾਲਾਂਕਿ ਇਸ ਸੰਘਰਸ਼ ਦੇ ਦੌਰਾਨ ਇਸ ਲੜਾਈ ਦੇ ਦੌਰਾਨ ਉਹ ਬੰਦਾ ਪਾਕਿਸਤਾਨ ਦੇ ਫੌਜੀਆਂ ਦੀਆਂ ਗੋਲੀਆਂ ਲੱਗਣ ਨਾਲ ਸ਼ਹੀਦ ਹੋ ਗਿਆ ਸੀ ਜੀ ਮੁਖਤਾਰ ਅੰਸਾਰੀ ਦਾ ਬਾਪ ਹੈ ਜਿਹੜਾ ਆਪਦੇ ਸਮੇਂ ਦਾ ਪ੍ਰਸਿੱਧ ਕਮਿਊਨਿਸਟ ਆਗੂ ਹੁੰਦਾ ਸੀ ਜੀ ਉਹਦਾ ਇਹ ਭਰਾ ਤੇ ਉਹ ਚਾਹੇ ਆਪਣੇ ਆਪ ਇੰਡੀਪੈਂਡੈਂਟ ਖੜੇ ਹੋਣ ਚਾਹੇ ਉਹ ਸਮਾਜਵਾਦੀ ਪਾਰਟੀ ਵੱਲੋਂ ਖੜੇ ਹੋਣ ਚਾਹੇ ਉਹ ਮਾਇਆਵਤੀ ਦੀ ਬਸਪਾ ਵੱਲੋਂ ਖੜੇ ਹੋਣ 1984 ਤੋਂ ਲੈ ਕੇ ਇੱਕ ਵਾਰ ਨੂੰ ਛੱਡ ਕੇ ਜਿਹੜੀ ਉਹਨਾਂ ਦੀ ਸੀਟ ਹੈ ਮਊ ਦੀ ਸੀਟ ਹੈ ਜਾਂ ਮੁਹੰਮਦਾਬਾਦ ਦੀ ਸੀਟ ਹੈ ਉਹ ਕਦੇ ਹਾਰੇ ਨਹੀਂ ਸੀ ਇਸ ਵੇਲੇ ਵੀ ਉਹਦੇ ਜਿਹੜੇ ਹੈਗੇ ਰਿਸ਼ਤੇਦਾਰ ਉਹ MLA ਬਣੇ ਸ਼ਾਇਦ ਇੱਕ ਜਾਂ ਦੋ ਮੁੰਡੇ MLA ਬਣੇ ਹੋਏ ਜੀ ਬੰਦਾ 2005 ਤੋਂ ਜੇਲ੍ਹ ਦੇ ਵਿੱਚ ਹੈ
2005 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ ਜੀ? 15 ਸਾਲ ਹੋ ਗਏ। ਅੱਛਾ ਜੀ। ਖੇਲ ਦੇ ਵਿੱਚ ਬੈਠਾ ਵੀ ਉਹ MLA ਬਣ ਜਾਂਦਾ। ਓਕੇ। ਉਹਦੀ ਪਾਪੂਲੈਰਿਟੀ ਦਾ ਲਾਹੌਰ ਹਾਂਜੀ ਹਾਂਜੀ ਇੰਨੀ ਉਹਨੂੰ ਲੋਕ ਵੋਟਾਂ ਕਿਉਂ ਪਾਉਂਦੇ? ਕਿਉਂਕਿ ਉਹ ਸਿਸਟਮ ਦੀਆਂ ਨਜ਼ਰਾਂ ਦੇ ਵਿੱਚ ਅਪਰਾਧੀ ਹੈ ਜੀ। ਸਿਸਟਮ ਦੀਆਂ ਨਜ਼ਰਾਂ ਦੇ ਵਿੱਚ ਉਹ ਡਾਕੂ ਆ, ਚੋਰ ਹੈ, ਲੇਕਿਨ ਉਹ ਬੰਦਾ ਜਿਹੜਾ ਹੈਗਾ ਉੱਥੇ ਉਹ ਲੜਾਈ ਵੀ ਲੜਦਾ ਗਰੀਬਾਂ ਦੇ ਹੱਕ ਵਿੱਚ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਇਹ ਲੋਕ ਹੁੰਦੇ ਆ ਪੈਸਾ ਕਮਾਉਂਦੇ ਆ ਜੀ। ਫਿਰ ਅਸੀਂ ਦੇਖੀਏ ਜਿਹੜੀ ਗੈਂਗ ਸੈਟਰ ਕਲਚਰ ਹੈ, ਗੈਂਗ ਸੈਟਰ ਕਲਚਰ ਸਭ ਤੋਂ ਪਹਿਲਾਂ ਸਾਡੇ ਉੱਤਰੀ ਭਾਰਤ ਦੇ ਵਿੱਚ, ਇਹ ਯੂਪੀ ਦੇ ਵਿੱਚ ਹੀ ਆਇਆ ਸੀ। ਯੂਪੀ ਦੇ ਵਿੱਚ ਜਦੋਂ ਮਾਈਨਿੰਗ ਦਾ ਕੰਮ ਸ਼ੁਰੂ ਹੋਇਆ, ਜਦੋਂ ਰੇਲਵੇ ਦੇ ਠੇਕੇ ਹੋਣ ਲੱਗੇ, ਜਦੋਂ ਅਨਾਜ ਦੀ ਢੋਆ ਢੁਆਈ ਹੋਣ ਲੱਗੇ, ਉਹਨਾਂ ਦੇ ਵਿੱਚ ਰੰਗਦਾਰੀ ਚੱਲਦੀ ਹੁੰਦੀ। ਹਾਂਜੀ ਹਾਂਜੀ। ਉਹਦੇ ਵਿੱਚ ਇਹ ਜਿਹੜੀ ਹੈ ਪਹਿਲਾਂ ਤਾਂ ਵੈਸੇ ਹਿੱਸਾ ਪੱਤੀ ਲੈਂਦੇ ਹੁੰਦੇ ਸੀ, ਬਾਅਦ ਦੇ ਵਿੱਚ ਬੰਦੂਕ ਦੇ ਜ਼ੋਰ ਦੇ ਉੱਤੇ ਇਹ ਠੇਕੇ ਲੈਣ ਲੱਗ ਗਏ ਜੀ। ਉੱਥੇ ਗੈਂਗਾਂ ਦੀਆਂ ਆਪਸੀ ਲੜਾਈਆਂ ਵੀ ਹੁੰਦੀਆਂ ਸੀ, ਗੈਂਗਾਂ ਦੀਆਂ ਲੜਾਈਆਂ ਚ ਬੰਦੇ ਮਾਰੇ ਜਾਂਦੇ ਸੀ। ਮੁਖਤਾਰ ਅੰਸਾਰੀ ਦੇ ਬੰਦੇ ਵੀ ਕਈ ਸਾਰੇ ਮਾਰੇ ਗਏ ਜੀ, ਦੂਜੇ ਗੈਂਗ ਦੇ ਵੀ ਕਈ ਸਾਰੇ ਬੰਦੇ ਮਾਰੇ ਗਏ। ਔਰ 2005 ਦੇ ਵਿੱਚ ਇਸ ਬੰਦੇ ਨੇ ਜਿਹੜਾ ਇਹਦੇ ਤੇ ਇਲਜ਼ਾਮ ਲੱਗਿਆ ਸੀ, ਉਹ ਇਹ ਇਲਜ਼ਾਮ ਲੱਗਿਆ ਸੀ ਕਿ ਮਊ ਦੇ ਵਿੱਚ ਇੱਕ ਦੰਗੇ ਹੋ ਗਏ ਸੀ, ਕਾਫੀ ਸਾਰੀ ਉੱਥੇ ਸਾੜ ਫੂਕ ਹੋਈ ਸੀ ਜੀ ਜੀ। ਔਰ ਉਹਨਾਂ ਦੰਗਿਆਂ ਦੇ ਦੌਰਾਨ ਇਹਨੇ ਦੰਗੇ ਭੜਕਾਏ ਹੈ, ਕੇਸ ਵੀ ਰਜਿਸਟਰ ਹੋ ਗਿਆ ਸੀ। ਲੇਕਿਨ ਇਹ ਗੱਲ ਕਹਿੰਦਾ ਕਿ ਮੈਂ ਆਪਣੀ ਜੀਪ ਲੈ ਕੇ ਮੈਂ ਦੰਗਾ ਕਾਰੀਆਂ ਦੇ ਵਿੱਚ ਗਿਆ ਤੇ ਲੋਕਾਂ ਨੂੰ ਟਕਾਇਆ ਸੀ ਜੀ। ਉਹ ਤੋਂ ਬਾਅਦ ਜੇਲ੍ਹ ਚਲਾ ਗਿਆ, ਸੀਡੀ ਜ਼ਮਾਨਤ ਹੋ ਗਈ। 1996 ਦੀ ਚੋਣ ਦੇ ਵਿੱਚ ਕ੍ਰਿਸ਼ਨ ਆਨੰਦ ਰਾਏ, ਜਿਹੜਾ ਬੀਜੇਪੀ ਦਾ ਬਹੁਤ ਪਾਪੂਲਰ ਲੀਡਰ ਸੀ ਜੀ, ਉਹਨੇ ਇਹਨੂੰ ਇਲੈਕਸ਼ਨ ਦੇ ਵਿੱਚ ਹਰਾ ਦਿੱਤਾ ਸੀ। ਇਹਨੇ ਆਪਣੀ ਜ਼ਮਾਨਤ ਰੱਦ ਕਰਵਾਈ ਤੇ ਜੇਲ੍ਹ ਚਲਾ ਗਿਆ ਜੀ। ਜੇਲ੍ਹ ਦੇ ਵਿੱਚੋਂ ਫਿਰ ਕਹਿੰਦੇ ਵੀ ਇਹਨੇ ਇੱਕ ਯੋਜਨਾ ਬਣਾਈ, ਜਿਹੜਾ ਇਹਦੇ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ, ਇਹਨੇ ਇੱਕ ਯੋਜਨਾ ਬਣਾਈ ਜੀ, ਤੇ ਉਸ ਯੋਜਨਾ ਦੇ ਤਹਿਤ ਕ੍ਰਿਸ਼ਨ ਆਨੰਦ ਰਾਏ ਦਾ ਕਤਲ ਕੀਤਾ ਜੀ। ਹੁਣ ਜਿਹੜਾ ਕ੍ਰਿਸ਼ਨ ਆਨੰਦ ਰਾਏ ਦਾ ਕਤਲ ਹੋਇਆ ਦਾਨੇਵਾਲੀਆ ਸਾਹਿਬ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਹੀ ਸਨਸਨੀ ਖੇਜ ਹੈ। ਓਕੇ, ਕਿਵੇਂ ਜੀ? ਕ੍ਰਿਸ਼ਨ ਆਨੰਦ ਰਾਏ ਦੇ ਉਹਨੇ ਕਦੇ ਵੀ ਉਹ ਬੁਲਟ ਪਰੂਫ ਗੱਡੀ ਤੋਂ ਬਗੈਰ ਨੀ ਚੱਲਦਾ ਸੀ। ਅੱਛਾ ਜੀ। ਯੂਪੀ ਦੇ ਵਿੱਚ ਗੈਂਗ ਸਟਰਾਂ ਦੇ ਕੋਲ, MLA ਦੇ ਕੋਲ ਜੇ ਪਹਿਲੀਆਂ ਗੱਡੀਆਂ ਆਈਆਂ ਤਾਂ ਯੂਪੀ ਚ ਆਈਆਂ। ਹਾਂਜੀ ਬਿਲਕੁਲ, ਉਹ ਆਪਣਾ ਜਲੰਧਰ ਮਸ਼ਹੂਰ ਹੋ ਗਿਆ ਸੀ ਇਸ ਕੰਮ ਨੂੰ, ਇੱਥੋਂ ਬਣ ਬਣ ਕੇ ਜਾਂਦੀਆਂ ਸੀ। ਹਾਂਜੀ, ਯੂਪੋ ਵਿਦਆਊਟ ਜਿਹੜੀ ਹੈਗੀ ਹੈ ਬੁਲਟ ਪਰੂਫ ਗੱਡੀ ਤੇ ਚੱਲਦਾ ਨੀ ਸੀ। ਲੇਕਿਨ ਇੱਕ ਦਿਨ ਉਸ ਬੰਦੇ ਨੂੰ ਇੱਕ ਇਨਵੀਟੇਸ਼ਨ ਕਾਰਡ ਮਿਲਦਾ ਹੈ ਕਿ ਫਲਾਹ ਪਿੰਡ ਦੇ ਵਿੱਚ ਟੂਰਨਾਮੈਂਟ ਹੋਣਾ ਤੇ ਵਿਧਾਇਕ ਜੀ ਤੁਸੀਂ ਜ਼ਰੂਰ ਆਉਣਾ ਜੀ। ਵਿਧਾਇਕ ਜੀ ਪਹੁੰਚ ਗਏ, ਟੂਰਨਾਮੈਂਟ ਹੈ ਕੋਈ ਨੀ ਸੀ ਜੀ। ਔਰ ਉਦੋਂ ਉਹਦੇ ਕੋਲ ਬੁਲਟ ਪਰੂਫ ਗੱਡੀ ਨੀ ਸੀ, ਉਹਦੇ ਕੋਲ ਦੂਸਰੀ ਗੱਡੀ ਸੀ। ਇਨਫੋਰਮੇਸ਼ਨ ਦੇਖੋ ਕਿੱਥੋਂ ਤੱਕ ਬੰਦਿਆਂ ਦੀ ਸੀ। ਜਦੋਂ ਉਸ ਪਿੰਡ ਦੇ ਵਿੱਚ ਗਿਆ ਤੇ ਫਿਰ ਕੋਈ ਟੂਰਨਾਮੈਂਟ ਰਹਾ ਜੀ, ਉਹ ਵਾਪਸ ਮੁੜਨ ਲੱਗਿਆ ਤੇ ਫਿਰ ਰਸਤੇ ਦੇ ਵਿੱਚ ਉਹਨੂੰ ਇੱਕ ਗੱਡੀ ਘੇਰਦੀ ਹੈ। ਉਸ ਗੱਡੀ ਦੇ ਵਿੱਚੋਂ ਜਿਹੜੇ ਲੋਕ ਉਤਰਦੇ ਆ, 2005 ਦੇ ਵਿੱਚ ਉਹਨਾਂ ਕੋਲ ਵੈਪਨ ਕੀ ਸੀ? ਅਸਾਲਟ ਰਾਈਫਲਾਂ। ਅੱਛਾ ਜੀ। ਔਰ ਅਸਾਲਟ ਰਾਈਫਲਾਂ ਦੀ ਚਾਰੇ ਪਾਸੋਂ ਤਾਬੜ ਤੋੜ ਫਾਇਰ ਹੁੰਦੀ ਹੈ, ਟੋਟਲ 400 ਗੋਲੀ ਚੱਲੀ ਹੈ। ਬੱਲੇ ਬੱਲੇ ਬੱਲੇ। ਔਰ 400 ਗੋਲੀ ਦੇ ਨਾਲ ਕਿੰਨੇ ਬੰਦੇ ਮਰੇ? ਕ੍ਰਿਸ਼ਨ ਆਨੰਦ ਰਾਏ MLA ਮਰਿਆ ਤੇ 6 ਬੰਦੇ ਉਹਦੇ ਨਾਲ ਦੇ ਮਰੇ, 7 ਬੰਦੇ ਉੱਥੇ ਮਰੇ। ਉਸ ਕੇਸ ਦੇ ਵਿੱਚ ਉਹ ਬਰੀ ਹੋ ਚੁੱਕਾ ਹੈ। ਜਦੋਂ ਮੈਂ ਇਹਦੀ ਪਰਿਵਾਰਕ ਹਿਸਟਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਤੇ ਮੇਰੇ ਬਾਅਦ ਦੇ ਵਿੱਚ ਯਾਦ ਆਇਆ ਕਿ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਜੀ ਹਾਮਦ ਕਰਜ਼ਈ ਵੀ ਰਿਸ਼ਤੇ ਚੋਂ ਉਹਦੇ ਚਾਚਾ ਜੀ ਲੱਗੇ। ਅੱਛਾ ਜੀ। ਹੁਣ ਉਹ ਬੰਦਾ ਜਿਹੜਾ ਐਡਾ ਪਾਵਰਫੁਲ ਹੈ, ਉਹਦਾ ਇੱਕ ਮੁੰਡਾ ਅਬਾਸ ਹੈ ਜੀ। ਅਬਾਸ ਜਿਹੜਾ ਹੈਗਾ ਉਹ ਭਾਰਤ ਦੀ ਜਿਹੜੀ ਸ਼ੂਟਿੰਗ ਟੀਮ ਹੈ ਇਹਦੇ ਵਿੱਚ ਉਹਨੇ ਬੜੇ ਵੱਡੇ ਨਾਮ ਨੇ ਖੱਟੇ। ਉਹ 2 ਵਾਰੀ ਗੋਲਡ ਮੈਡਲਿਸਟ ਰਹਿ ਚੁੱਕਾ ਹੈ ਜੀ ਸ਼ੂਟਿੰਗ ਦੇ ਮਾਮਲੇ ਚ ਜੀ। ਔਰ ਲਿੰਕ ਇਹਨਾਂ ਲੋਕਾਂ ਦੇ, ਜਿਹੜਾ ਹੁਣ ਹਾਮਿਦ ਜਿਹੜਾ ਅੰਸਾਰੀ ਦਾ ਭਤੀਜਾ ਹੈ, ਜਿਹਦਾ ਦਾਦਾ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ ਹੋਵੇ ਜੀ, ਔਰ ਇਹਦੇ ਦਾਦੇ ਦੇ ਨਾਂ ਦੇ ਉੱਤੇ ਦਿੱਲੀ ਦੇ ਵਿੱਚ ਇੱਕ ਰੋਡ ਬਣੀ ਹੈ, ਤੁਸੀਂ ਦੇਖਣਾ ਇੱਕ ਅੰਸਾਰੀ ਰੋਡ ਹੈ। ਹੈਗੀ 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 ਜੀ। ਉਹ ਅੰਸਾਰੀ ਰੋਡ ਦੇ ਦਾਦੇ ਦੇ ਨਾਂ ਤੇ ਉਹ ਬੰਦੇ ਦੀ ਪਹੁੰਚ ਕਿੰਨੀ ਹੋਊ ਜੀ? ਹੁਣ ਕਿਉਂਕਿ ਜਿਵੇਂ ਜੋਗੀ ਆਦਿੱਤਿਆ ਨਾਥ ਲੱਗਿਆ ਪਿਆ ਕਿ ਆਪਾਂ ਖਤਮ ਕਰਨੇ ਆ, ਛੱਡਣੀ ਨੀ। ਹਾਂਜੀ ਹਾਂਜੀ। ਤੇ ਜਿਵੇਂ ਉਹ ਕਹਿੰਦੇ ਹੁੰਦੇ ਭੱਜਣ ਲੱਗਿਆ ਨੂੰ ਤਾਂ ਫਿਰ ਵਾਹਨ ਇੱਕੋ ਜਿਹੇ ਹੁੰਦੇ ਆ, ਤੇ ਬੰਦੇ ਕੋਲੇ ਪਾਵਰ ਉਹਦੇ ਕੋਲੇ ਵੀ ਹੈਗੀ ਹੈ। ਤੇ ਆਪਾਂ ਹੋਰ ਦੇਖੀਏ ਪੰਜਾਬ ਨਾਲ ਤਾਂ ਉਹਦੀ ਸਾਂਝ ਵੀ ਬੜੀ ਨਿਵੇਕਲੀ ਰਹੀ ਹੈ। ਬਿਲਕੁਲ ਜੀ। ਚੰਦ ਭਾਣ ਵਾਲਾ ਡਿੰਪੀ ਉਹਦਾ ਖਾਸ ਯਾਰ ਹੁੰਦਾ ਸੀ। ਔਰ ਜਦੋਂ ਡਿੰਪੀ ਦੀ ਮੈਰਿਜ ਹੋਈ ਹੈ, ਡਿੰਪੀ ਦੀ ਮੈਰਿਜ ਦੇ ਉੱਤੇ ਤੁਸੀਂ ਦੇਖਿਓ ਨਾ, ਡਿੰਪੀ ਦਾ ਬਹੁਤ ਵੱਡਾ ਘਰ ਹੈ ਹਾਂਜੀ, ਤੇ ਉਹਦੇ ਵਿੱਚ ਜਿਹੜੇ ਹੈਗੇ ਬੜੇ ਸਫੈਦੇ ਦੇ ਦਰਖਤ ਬੜੇ ਪਲੇ ਹੁੰਦੇ ਸੀ। ਉੱਥੇ 7 ਦਿਨ ਵਿਆਹ ਦੇ ਫੰਕਸ਼ਨ ਹੋਏ ਸੀ ਤੇ 7 ਦਿਨਾਂ ਦੇ ਵਿੱਚ ਜਿਹੜੀ ਹੈ ਫਾਇਰਿੰਗ ਹੁੰਦੀ ਹੁੰਦੀ ਕੜਕੜ ਕੜਕੜ ਕਰ। ਔਰ ਜਿਹੜੇ ਸਫੈਦੇ ਦੇ ਦਰਖਤ ਆ, ਸਾਲਟਾਂ ਦੀਆਂ ਗੋਲੀਆਂ ਦੇ ਨਾਲ ਜਿਹੜੇ ਹੈ ਛਲਨੀ ਰਸਮਾਂ ਦੀਆਂ ਗੋਲੀਆਂ ਦੇ ਨਾਲ ਜਿਹੜੇ ਹੈ ਉਹਨਾਂ ਨੂੰ ਵੱਢਿਆ ਸੀ। ਉਸ ਬੰਦੇ ਦੀ ਇੱਥੇ ਸਾਂਝ ਰਹੀ ਹੈ। ਅੰਡਰਗਰਾਊਂਡ ਵੀ ਹੋ ਰਿਹਾ ਜਦੋਂ ਤੁਹਾਡਾ ਉਹਦੇ ਚ ਕੇਸ ਵਗੈਰਾ ਰਜਿਸਟਰ ਹੋਏ ਆ। ਪਹਿਲਾਂ ਸ਼ੁਰੂ ਦੇ ਵਿੱਚ ਪੰਚਕੂਲੇ ਦੇ ਵਿੱਚ ਰਹਿੰਦਾ ਰਿਹਾ। ਸੋ ਇਹ ਹੁਣ ਉਹ ਲਾ ਰਹੇ ਆ ਕਿ ਪੰਜਾਬ ਸਰਕਾਰ ਨੇ ਉਹਨੂੰ ਬਚਾ ਰਹੀ ਹੈ। ਨੈਚੁਰਲ ਹੈ ਕਿ ਬੰਦੇ ਦੇ ਸੋਰਸਿਸ ਹੋਣਗੇ, ਜੇ ਤੁਹਾਡੇ ਸੋਰਸਿਸ ਹੈ ਤਾਂ ਉਹਨਾਂ ਦੇ ਵੀ ਸੋਰਸਿਸ ਹੋਣਗੇ। ਬਿਲਕੁਲ। ਜੇ ਤੁਸੀਂ ਆਪਣੇ ਬੰਦਿਆਂ ਦੀ ਖਾਤਰ ਮਤਲਬ ਕੁਛ ਕਰਦੇ ਹੋ, ਇਹ ਠੀਕ ਹੈ ਵੀ ਕਿ ਉਹਦੀ ਹੁਣ ਇਸ ਵੇਲੇ ਉਹਦੀ ਇੱਕ ਪਛਾਣ ਗੈਂਗਸਟਰ ਵਾਲੀ ਹੈ,
ਲੇਕਿਨ ਪਹੁੰਚਦੇ ਪਖਤ ਤਾਂ ਉਹ ਕਿਸੇ ਨਾਲੋਂ ਘੱਟ ਨੀ। ਸੋ ਬਿਲਕੁਲ ਤੁਹਾਡੀ ਗੱਲ ਹੈ ਜੀ, ਪਹੁੰਚਾਂ ਤਾਂ ਤਾਹੀਆਂ ਤਾਂ ਇਹ ਪਲਦੇ ਨੇ ਤੇ ਢਿੱਲੋ ਸਾਹਿਬ ਆਮ ਬੰਦੇ ਦੇ ਤਾਂ ਇਹ ਮਾਰ ਮਾਰ ਛਿੱਤਰ ਕਹਿੰਦੇ ਹੱਡ ਪੁੱਲੇ ਕਰ ਦਿੰਦੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਆਪਾਂ ਵੇਖਦੇ ਰਹੇ ਡਿੰਪੀ ਕਿਵੇਂ ਸਾਰਾ ਦਿਨ ਕਿਸ ਤਰ੍ਹਾਂ ਉਹਨੇ ਜਿਹੜਾ ਜੇਲ੍ਹ ਦੇ ਵਿਚ ਰਹਿ ਕੇ ਵੀ ਆਪਦਾ ਜਿਹੜਾ ਪੂਰਾ ਦਬਦਬਾ ਰੱਖਿਆ ਤੇ ਕਿਵੇਂ ਮੁਲਾਕਾਤਾਂ ਹੁੰਦੀਆਂ ਸੀ। ਬਿਲਕੁਲ 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 ਜੀ, ਜੱਜ ਵੀ ਡਰਦੇ ਸੀ, ਜੱਜ ਵੀ ਜਿਹੜੇ ਸੀਗੇ ਉਹ ਉਹਨੂੰ ਸਿੱਧਾ ਨੀ ਸੀ ਕਹਿੰਦੇ ਤੇ ਜੇਲਰਾਂ ਨੂੰ ਡਰਾਉਂਦੇ ਸੀ ਕਿ ਸਾਡੀ ਆਹ ਕੋਠੀ ਖਾਲੀ ਕਰਵਾ ਦਿਓ, ਸਾਡੀ ਆਹ ਜਾਇਦਾਦ ਖਾਲੀ ਕਰਵਾ ਦਿਓ, ਜਾਇਦਾਦ ਖਾਲੀ ਕਰਾਓ ਸਾਡੀ, ਇਹਨੂੰ ਕਹੋ। ਡਿੰਪੀ ਦੇ ਕਹਿਣ ਤੇ ਹੋ ਸਕਦਾ ਕਿ ਜਿਹੜਾ ਕੰਮ ਜੱਜ ਨਹੀਂ ਕਰ ਸਕਦੇ ਸੀ ਉਹ ਕਹਿੰਦੇ ਸੀ ਇਹਦੀ ਡਿੰਪੀ ਕਰਵਾ ਸਕਦੇ, ਡਿੰਪੀ ਕਰਵਾ ਸਕਦਾ, ਬਿਲਕੁਲ ਤੁਹਾਡੀ ਗੱਲ ਸਹੀ। ਤੇ ਹੁਣ ਆਪਾਂ ਬਿਹਾਰ ਦੀਆਂ ਵੱਲ ਚੱਲੀਏ ਥੋੜਾ ਜਿਹਾ, ਤੇ ਮੋਦੀ ਸਾਹਿਬ ਫਿਰ ਰਾਮ ਨਾਮ ਜਪਣ ਲੱਗ ਪਏ ਜੀ ਉੱਥੇ। ਦੇਖੋ ਇਸ ਵੇਲੇ ਬਿਹਾਰ ਦੀ ਇਲੈਕਸ਼ਨ ਜਿਹੜੀ ਹੈਗੀ ਹੈ ਬੜੀ ਕਰੂਸ਼ਲ ਇਲੈਕਸ਼ਨ ਹੈ ਜੀ, ਜਿਸ ਵੇਲੇ ਇਲੈਕਸ਼ਨ ਹੋ ਰਹੀ ਹੈ ਉਸ ਵੇਲੇ ਮੋਦੀ ਸਾਹਿਬ ਸਾਰੇ ਪਾਸਿਆਂ ਤੋਂ ਘਿਰੇ ਹੋਏ। ਪਹਿਲਾਂ ਆਪਣੀ ਤੁਹਾਡੀ ਨੋਟਬੰਦੀ ਜੀ, ਫਿਰ GST, ਫਿਰ ਕਰੋਨਾ, ਤੇ ਫਿਰ ਜਿਹੜੀ ਹੈ GDP ਦਾ ਬਿਲਕੁਲ ਥੱਲੇ ਡਿੱਗਣਾ ਜੀ, ਇਹ ਜਿਹੜੇ ਹੈਗੇ ਆ ਇਹ ਸੰਕਟ ਹੈ ਜਿਹੜੇ ਮੋਦੀ ਜੀ ਨੂੰ ਘੇਰੀ ਬੈਠੇ। ਕੁਝ ਸੰਕਟ ਉਹ ਹੁੰਦੇ ਆ ਜਿਹੜੇ ਕੁਦਰਤ ਵੱਲੋਂ ਪੈਂਦੇ ਆ, ਕੁਝ ਸੰਕਟ ਉਹ ਹੁੰਦੇ ਆ ਜਿਹੜੇ ਬੰਦਾ ਖੁਦ ਸਹੇੜਦਾ ਜੀ, ਤੇ ਸਭ ਤੋਂ ਵੱਡਾ ਸੰਕਟ ਇਹ ਹੈ ਜਿਹੜਾ ਹੁਣ ਦੇਸ਼ ਦੀ ਕਿਸਾਨੀ ਉੱਠ ਖੜੀ ਹੋਈ, ਜਿਵੇਂ ਕਿਸਾਨੀ ਦੇ ਖਿਲਾਫ਼ ਨਰਿੰਦਰ ਮੋਦੀ ਸਾਹਿਬ ਨੇ 3 ਕਾਨੂੰਨ ਲਿਆਦੇ ਆ ਇਹ ਕਹਿ ਕੇ ਤੁਹਾਡਾ ਇਹ ਭਲਾ ਕਰਨ ਵਾਲੇ ਆ ਜੀ, ਕਿਸਾਨ ਕਹਿੰਦੇ ਕਿ ਸਾਨੂੰ ਇਹੋ ਜਿਹਾ ਭਲਾ ਨਹੀਂ ਚਾਹੀਦਾ, ਕਿਰਪਾ ਕਰਕੇ ਵਾਪਸ ਕਰ ਲੋ, ਅਸੀਂ ਇਸ ਭਲੇ ਨੂੰ ਕਿਹੜੇ ਦਾ ਸਾਨੂੰ ਭਲਾ ਚਾਹੀਦਾ। ਬਿਲਕੁਲ ਸਿਆਣੀ ਗੱਲ ਹੈ। ਉਹ ਕਹਿੰਦਾ ਨਹੀਂ ਮੈਂ ਤੁਹਾਡਾ ਭਲਾ ਕਰਨਾ ਹੀ ਕਰਨਾ, ਤੁਹਾਨੂੰ ਲੈਣਾ ਹੀ ਪੈਣੇ, ਉਹ ਕਹਿੰਦੇ ਅਸੀਂ ਲੈਂਦੇ ਨੀ, ਤੇ ਇਸ ਮਾਮਲੇ ਦੇ ਉੱਤੇ ਇੱਕ ਬਹੁਤ ਵੱਡੀ ਐਜੂਟੇਸ਼ਨ ਮੁਲਕ ਦੇ ਵਿੱਚ ਸ਼ੁਰੂ ਹੋਈ ਵੀ ਹੈ ਜੀ, ਅਗਵਾਈ ਕਰਦਾ ਉਹਦੀ ਪੰਜਾਬ ਤੇ ਉਹ ਐਜੂਟੇਸ਼ਨ ਸਾਰੇ ਦੇਸ਼ ਦੇ ਵਿੱਚ ਫੈਲ ਰਹੀ ਜੀ। ਉਸ ਵੇਲੇ ਬਿਹਾਰ ਦੀਆਂ ਹੋ ਰਹੀਆਂ ਚੋਣਾਂ ਜੀ, ਤੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਵੀ ਸਭ ਕੁਝ ਠੀਕ ਠਾਕ ਨੀ, ਪਿਛੇ ਵੇਲੇ ਬੜਾ ਮਜ਼ਬੂਤ NDA ਹੁੰਦਾ ਸੀ ਜੀ, ਪਰ ਉਹ NDA ਹੁਣ ਕਮਜ਼ੋਰ ਪੈ ਚੁੱਕਾ ਹੈ। ਕਮਜ਼ੋਰ ਇਸ ਕਰਕੇ ਪੈ ਚੁੱਕਾ ਹੈ ਵੀ ਕਿਉਂਕਿ ਇੱਕ ਤਾਂ ਕੋਰੋਨਾ ਦੀ ਵਜ੍ਹਾ ਕਾਰਨ ਬਿਹਾਰ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਅਸਰ ਪਿਆ ਜੀ, ਸਭ ਤੋਂ ਜ਼ਿਆਦਾ ਜਿਹੜੇ ਲੋਕ ਸੀਗੇ ਉਹ ਬਿਹਾਰੀ ਸੀ, ਜਿਨ੍ਹਾਂ ਲੋਕਾਂ ਨੂੰ ਸਿਰਫ 24 ਘੰਟੇ ਦਾ ਟਾਈਮ ਮਿਲਿਆ ਸੀ ਜੀ ਲਾਕਡਾਊਨ ਲੱਗ ਗਿਆ, ਲਾਕਡਾਊਨ ਲੱਗ ਗਿਆ ਹਾਂਜੀ, ਔਰ ਉਹਨਾਂ ਨੂੰ ਬੱਸਾਂ ਨਹੀਂ ਮਿਲੀਆਂ, ਗੱਡੀਆਂ ਨਹੀਂ ਮਿਲੀਆਂ, ਵਿਚਾਰੇ ਪੈਦਲ ਤੁਰ ਪਏ, ਪੈਰ ਉਹਨਾਂ ਦੇ ਲਹੂ ਲੁਹਾਨ ਹੋਏ। ਧੀ ਇੱਕ ਜਿਹੜੀ ਆ ਆਪਦੇ ਪਿਓ ਨੂੰ ਕਿੱਥੇ ਦਿੱਲੀ ਤੇ ਕਿੱਥੇ ਬਿਹਾਰ ਤੱਕ ਸਾਈਕਲ ਤੇ ਥੂਕ ਖਿੱਚ ਕੇ ਲਿਜਾਂਦੀ ਹੈ ਜੀ, ਇਹੋ ਜਿਹਾ ਸਾਰਾ ਮਾਮਲਾ ਵਾਪਰਿਆ, ਬੁਰਾ ਹਾਲ ਬੈਂਕੇ ਦੇ ਆਲੇ, ਕੋਈ ਟ੍ਰੇਨ ਥੱਲੇ ਆ ਗਿਆ, ਰਾਹ ਦੇ ਵਿੱਚ ਕਿਸੇ ਨੂੰ ਭਾਰੀ ਵਾਹਨ ਨੇ ਕੁਚਲ ਦਿੱਤਾ, ਇਹ ਹਾਲ ਸੀ ਜੀ। ਭੁੱਖਣ ਪਾਣੀ ਜਦੋਂ ਲੋਕ ਪਹੁੰਚੇ ਤੇ ਗਾ ਉਹਨਾਂ ਲੋਕਾਂ ਨੂੰ ਇੱਕ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਜੀ ਇੱਕ ਪਾਸੇ ਕੋਰੋਨਾ ਦੀ ਮਹਾਮਾਰੀ ਤੇ ਦੂਜੇ ਪਾਸੇ ਬਿਹਾਰ ਚ ਹੜ ਆ ਗਏ, ਉਹਨਾਂ ਹੜਾਂ ਦੀ ਵਜ੍ਹਾ ਕਾਰਨ ਉਹਨਾਂ ਦੇ ਘਰ ਹੈ ਜਿਹੜੇ ਉਹ ਵੀ ਮਲੀਆ ਮੇਟ ਹੋ ਗਏ ਜੀ। ਇੱਕ ਤਬਾਹੀ, ਉੱਪਰਲੀ ਤਬਾਹੀ ਕੁਦਰਤ ਦੀ ਤਬਾਹੀ, ਦੂਜੀ ਜਿਹੜੀ ਹੈਗੀ ਹੈ ਉਹ ਘਰ ਬਾਰ ਰਹਿਣ ਨੂੰ ਰਿਹਾ ਨੀ ਤੇ ਜਾ ਕੇ ਰਹਿਣ ਕਿੱਥੇ ਜੀ। ਉਸ ਯੁੱਗ ਦੇ ਵਿੱਚ ਜਿਹੜੀ NDA ਦੀ ਸਰਕਾਰ ਸੀ, ਨਿਤੀਸ਼ ਕੁਮਾਰ ਦੀ ਸਰਕਾਰ, ਉਹ ਬਿਲਕੁਲ ਘਰਾਂ ਦੇ ਵਿੱਚ ਛਾਪੜੀ ਬੈਠੀ ਰਹੀ, ਉਹਨੇ ਕੱਖ ਨੀ ਕੀਤਾ ਜੀ। ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਤੇਜਸਵੀ ਯਾਦਵ ਇਸ ਵੇਲੇ ਉਹਨਾਂ ਦੇ ਪਰਿਵਾਰ ਦਾ ਆਪਾਂ ਕਹਿ ਸਕਦੇ ਹਾਂ ਸੂਤਰਧਾਰ ਹੈ, ਕਾਰਜ ਸ਼ਕਤੀ ਉਹੀ ਹੈ, ਕਿਉਂਕਿ ਲਾਲੂ ਪ੍ਰਸਾਦ ਯਾਦਵ ਆਪ ਜੇਲ੍ਹ ਦੇ ਵਿੱਚ ਬੈਠਾ, ਉਹਨੇ ਜਨਤਕ ਤੌਰ ਤੇ ਬਿਆਨ ਦਿੱਤੇ ਕਿ ਨਤੀਸ਼ ਚਾਚਾ ਜੀ ਤੈਨੂੰ ਡਰ ਲੱਗਦਾ ਮੈਂ ਤੇਰੇ ਨਾਲ ਚੱਲਦਾ, ਕੋਰੋਨਾ ਮੈਨੂੰ ਵੀ ਚੁੰਬੜ ਜੂਗਾ, ਆਪਾਂ ਲੋਕਾਂ ਦੀ ਸਾਰਤਾ ਲੈ ਲਈਏ। ਡਿਪਟੀ ਮੁੱਖ ਮੰਤਰੀ ਜਿਹੜੇ ਉਹਨਾਂ ਦੇ ਮੋਦੀ ਸਾਹਿਬ ਆ, ਉਹਨਾਂ ਨੂੰ ਛੋਟਾ ਮੋਦੀ ਕਹਿ ਦਿੰਦੇ ਹੈ ਜੀ, ਉਹ ਕਹਿੰਦੇ ਜੀ ਇੱਕ ਥਾਂ ਦੇ ਉੱਤੇ ਖੜੇ ਦੇਖ ਰਹੇ ਕਿ ਮੇਰਾ ਘਰ ਤਾਂ ਸੁਰੱਖਿਅਤ ਹੈ ਲੇਕਿਨ ਲੋਕਾਂ ਦੇ ਘਰ ਡੁੱਬੇ ਪਏ ਸੀ ਜੀ। ਐਂਟੀ ਇਨਕੰਬੈਂਸੀ ਪਿਛਲੇ 15 ਸਾਲਾਂ ਦੀ ਹੈ, ਔਰ ਸਭ ਤੋਂ ਵੱਡੀ ਗੱਲ ਕਿ ਜਦੋਂ ਬੰਦਾ ਚੁਸਤ ਚਲਾਕੀ ਜ਼ਿਆਦਾ ਕਰਨ ਲੱਗ ਜਾਏ ਜੀ ਉਹ ਕਈ ਵਾਰੀ ਫਿਰ ਮਾਰ ਖਾ ਜਾਂਦਾ। 2015 ਦੀ ਚੋਣ ਜਿਹੜੀ ਨਿਤੀਸ਼ ਕੁਮਾਰ ਨੇ ਲੜੀ ਸੀ, NDA ਨੂੰ ਛੱਡ ਕੇ ਲੜੀ ਸੀ ਜੀ, ਉਸ ਵੇਲੇ ਲਾਲੂ ਪ੍ਰਸਾਦ ਯਾਦਵ ਦਾ ਰਾਸ਼ਟਰੀ ਜਨਤਾ ਦਲ, ਕਾਂਗਰਸ ਪਾਰਟੀ ਇਹਨਾਂ ਨਾਲ ਮਿਲ ਕੇ ਉਹਨਾਂ ਨੇ ਇੱਕ ਮਹਾਗਠਜੋੜ ਬਣਾਇਆ ਸੀ ਤੇ ਬਹੁਤ ਵਧੀਆ ਮੈਜੋਰਿਟੀ ਲੈ ਕੇ ਉਹਨਾਂ ਨੇ ਸਰਕਾਰ ਬਣਾ ਲਈ ਜੀ। ਹਾਲਾਂਕਿ ਸਭ ਤੋਂ ਵੱਧ ਸੀਟਾਂ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨੂੰ ਆਈਆਂ ਸੀ, ਲੇਕਿਨ ਉਹਨੇ ਆਪਣਾ ਜਿਹੜਾ ਰਾਜਸੀ ਧਰਮ ਨਿਭਾਇਆ, ਕਿਉਂਕਿ ਚੋਣਾਂ ਤੋਂ ਪਹਿਲਾਂ ਕਹਿਤਾ ਸੀ ਕਿ ਸੀਟਾਂ ਭਾਵੇਂ ਵੱਧ ਆ ਜਾਣ, ਮੁੱਖ ਮੰਤਰੀ ਅਸੀਂ ਨਿਤੀਸ਼ ਕੁਮਾਰ ਨੂੰ ਮੰਨ ਲਾਂਗੇ, ਤੇ ਉਹਨਾਂ ਨੇ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਮੰਨ ਲਿਆ ਸੀ ਜੀ। ਲੇਕਿਨ ਵਿਚਕਾਰੋਂ ਨਿਤੀਸ਼ ਕੁਮਾਰ ਜਿਹੜਾ ਹੈਗਾ ਫਿਰ ਧੋਖਾ ਦੇ ਗਿਆ ਉਹਨਾਂ ਨੂੰ, ਔਰ ਉਹਨੇ ਅਸਤੀਫਾ ਦੇ ਕੇ ਜੀਤਨ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾਤਾ ਸੀ, ਆਪ ਵਾਸਤੇ ਉਹਦਾ BJP ਨਾਲ ਗਿੱਟਮੇਟ ਕਰਕੇ ਤੇ ਦੁਬਾਰਾ ਫੇਰ ਜਿਹੜੀ ਹੈ ਉਹਨੇ ਸਰਕਾਰ ਬਣਾ ਲਈ। ਹੁਣ ਜਿਹੜਾ ਬਿਹਾਰ ਦੇ ਲੋਕਾਂ ਨੇ 2015 ਚ ਫਤਵਾ ਦਿੱਤਾ ਸੀ ਮਹਾਗਠਜੋੜ ਦੇ ਹੱਕ, ਹਾਂਜੀ ਹਾਂਜੀ,
ਤੇ ਅੱਧ ਵਿਚਾਲੇ ਉਹਨੇ ਸਰਕਾਰ ਬਣਾ ਲਈ ਬੀਜੇਪੀ ਦੇ ਨਾਲ। ਇਸ ਕਰਕੇ ਬਿਹਾਰ ਦੇ ਲੋਕ ਵੀ ਉਹਦੇ ਨਾਲ ਕਾਫੀ ਖਫਾ ਜੀ। ਉਹਨਾਂ ਹਾਲਤਾਂ ਦੇ ਵਿੱਚ ਹੁਣ ਉੱਥੇ ਇਲੈਕਸ਼ਨ ਹੁੰਦੀ ਹੈ ਤੇ ਕੱਲ ਇਲੈਕਸ਼ਨ ਦਾ ਪਹਿਲਾ ਗੇਟ ਸੀ 71 ਸੀਟਾਂ। ਕਹਿੰਦੇ ਪਰਸੈਂਟੇਜ ਬਹੁਤ ਘੱਟ ਆਈ ਹੈ ਨਾ ਜੀ। ਪਰਸੈਂਟੇਜ ਵੈਸੇ ਜੇ ਆਪਾਂ ਦੇਖੀਏ ਮੇਰੇ ਖਿਆਲ ਵਿੱਚ ਉਨੀ ਘੱਟਣੀ ਹੈ ਜੀ, ਕਿਉਂਕਿ ਕੋਰੋਨਾ ਦੀ ਵਜ੍ਹਾ ਕਾਰਨ ਲੋਕਾਂ ਨੇ ਨਿਕਲਣ ਦੇ ਵਿੱਚ ਵੀ ਹਿਚਕਚਾਹਟ ਦਿਖਾਈ ਹੈ, ਪਰ ਕੋਰੋਨਾ ਦੇ ਚਲਦਿਆਂ ਵੀ 54-53 ਪਰਸੈਂਟ ਜਿਹੜੀ ਹੈਗੀ ਹੈ ਪੋਲਿੰਗ ਹੋ ਜਾਣੀ, ਇਹ ਛੋਟੀ ਜਿਹੀ ਹੁੰਦੀ ਹੈ ਬਹੁਤ ਹੁੰਦੀ ਹੈ ਜੀ। ਔਰ ਕਈ ਇਲਾਕੇ ਤਾਂ ਉਹ ਹੈ ਕਿ ਜਿੱਥੇ ਬਹੁਤ ਜ਼ਿਆਦਾ ਪੋਲਿੰਗ ਹੋਈ ਹੈ, ਉਹ ਪੋਲਿੰਗ ਹੋ ਗਈ, ਪੋਲਿੰਗ 71% ਜਿਹੜੀ ਪੋਲਿੰਗ ਹੋਈ ਹੈ ਗੋਦੀ ਮੀਡੀਆ ਤਾਂ ਬਣਾਈ ਜਾਂਦਾ ਐਨਡੀਏ ਦੀ ਸਰਕਾਰ ਹਾਲੇ ਤੱਕ। ਅੱਛਾ ਜੀ। ਲੇਕਿਨ ਜਿਹੜੇ ਲੋਕਲ ਉੱਥੋਂ ਦੇ ਜਰਨਲਿਸਟ ਆ ਜ਼ਮੀਨ ਨਾਲ ਜੁੜੇ ਹੋਏ ਆ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਉਹ ਲੋਕਾਂ ਨੂੰ ਪੁੱਛਦੇ ਆ ਤੇ ਲੋਕ ਉੱਥੇ ਲਾਲੂ ਹੀ ਕਰਦੇ ਆ, ਹੋਰ ਕੋਈ ਗੱਲ ਹੀ ਨੀ ਕਰਦੇ, ਕੱਲਾ ਲਾਲੂ ਦਾ ਨਾਮ ਹੀ ਜਪਦੇ। ਅੱਛਾ ਜੀ। ਤੇ ਕੱਲ ਫਿਰ ਪ੍ਰਧਾਨ ਮੰਤਰੀ ਸਾਹਿਬ ਵੀ ਦੂਜੇ ਗੇਟ ਦੀ ਜਿਹੜੀ ਚੋਣ ਮੁਹਿੰਮ ਜਿਹੜਾ ਦੂਜੇ ਗੇਟ ਦੀ ਪੋਲਿੰਗ ਹੋਣੀ ਆ ਉਹਦੀ ਚੋਣ ਮੁਹਿੰਮ ਵਾਸਤੇ ਗਏ ਦੂਜੇ ਤੇ ਤੀਜੇ ਵਾਲੀ ਚ। ਉਹਨਾਂ ਨੇ ਕੱਲ ਬਿਹਾਰ ਦੇ ਵਿੱਚ 3 ਰੈਲੀਆਂ ਕੀਤੀਆਂ ਜੀ, ਔਰ 3 ਰੈਲੀਆਂ ਦੇ ਵਿੱਚ ਉਹਨਾਂ ਨੇ ਆਪਣੀ ਕੋਈ ਪਰਫਾਰਮੈਂਸ ਨਹੀਂ ਦਿਖਾਈ ਕਿ ਮੇਰੀ ਸਰਕਾਰ ਨੇ ਕੀ ਕੀਤਾ ਤੇ ਨਿਤੀਸ਼ ਕੁਮਾਰ ਦੀ ਸਰਕਾਰ ਨੇ ਕੀ ਕੀਤਾ। ਕੋ ਗੱਲ ਉਹ ਵਾਰ ਵਾਰ ਕਹਿੰਦੇ ਰਹੇ ਕਿ ਜੀ ਮੈਨੂੰ ਪੁੱਛਦੇ ਹੁੰਦੇ ਸੀ ਕਿ ਮੈਨੂੰ ਤਰੀਕਾ ਪੁੱਛਦੇ ਹੁੰਦੇ ਸੀ ਕਿ ਰਾਮ ਮੰਦਿਰ ਦਾ ਨੀਂਹ ਪੱਥਰ ਕਦੋਂ ਰੱਖੋਗੇ ਜੀ। ਹੁਣ ਉਹ ਦੇਖੋ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਬਣਨਾ ਸ਼ੁਰੂ ਹੋ ਗਿਆ, ਤੇ ਨਾਲ ਅਗਲੀ ਗੱਲ ਕੀ ਕਹਿੰਦੇ ਆ ਕਿ ਜਿਹੜੇ ਤਰੀਕਾ ਪੁੱਛਦੇ ਹੁੰਦੇ ਸੀ ਉਹਨੂੰ ਬੇਸ਼ਰਮ ਹੋ ਕੇ ਤਾੜੀਆਂ ਵੀ ਵਜਾਉਣ ਲੱਗ ਜੀ। ਮਤਲਬ ਉਹਨਾਂ ਦੀ ਜਿਹੜੀ ਸਾਰੀ ਦੀ ਸਾਰੀ ਜਿਹੜੀ ਹੈਗੀ ਕੋਈ ਪਰਫਾਰਮੈਂਸ ਨੀ, ਸਰਕਾਰ ਨੇ ਕੀ ਕੀਤਾ, ਸਰਕਾਰ ਦੀਆਂ ਨੀਤੀਆਂ ਕੀ ਹੈ, ਇਹ ਨੀਤੀਆਂ ਪੋਜ਼ਿਟਿਵ ਹੈ, ਇਹਨਾਂ ਨੀਤੀਆਂ ਨੇ ਕੀ ਚੰਗਾ ਅਸਰ ਪਾਇਆ, ਇਸ ਗੱਲ ਨੂੰ ਛੱਡ ਕੇ ਕੱਲਾ ਰਾਮ ਨਾਮ ਜਪਿਆ ਜੀ। ਰਾਮ ਨਾਮ ਜਪਣ ਦੇ ਨਾਲ ਕਹਿ ਦਿੱਤੇ ਕਿ ਧਰਤੀ ਉਹ ਹੈ ਜਿੱਥੋਂ ਦੀ ਸੀਤਾ ਮਾਤਾ ਜੀ, ਰਾਮ ਦੇ ਨਾਲ ਸੀਤਾ ਨੂੰ ਵੀ ਯਾਦ ਕਰ ਲਿਆ। ਤੇ ਅੱਜ ਫਿਰ ਸਟੇਟਮੈਂਟ ਦੂਸਰੇ ਪਾਸੇ ਆ ਗਈ ਚਿਰਾਗ ਪਾਸਵਾਨ ਦੀ ਜੀ। ਚਿਰਾਗ ਪਾਸਵਾਨ ਕਹਿੰਦਾ ਮੈਂ ਐਨਡੀਏ ਦੇ ਨਾਲ, ਜਿਹੜੀ ਐਨਡੀਏ ਦੇ ਨਾਲ ਹੈ ਕਹਿੰਦਾ ਮੈਂ ਇਹਦੇ ਨਾਲ ਆਪਣੇ ਨਰਿੰਦਰ ਮੋਦੀ ਸਾਹਿਬ ਦੇ ਜੀ ਜੀ, ਇਹਨੂੰ ਮੈਂ ਵਧੀਆ ਪ੍ਰਧਾਨ ਮੰਤਰੀ ਬਣਦਾ ਤੇ ਮੈਂ ਤਾਂ ਜ਼ਿੰਦਗੀ ਦੇ ਨਾਲ ਰਹੂੰਗਾ ਜੀ। ਅਗਲੀ ਗੱਲ ਉਹ ਕਹਿੰਦਾ ਜੀ ਮੈਂ ਤਾਂ ਹਨੂਮਾਨ ਇਹਨਾਂ ਦਾ, ਹਨੂਮਾਨ ਬਣ ਕੇ ਉਹਨੇ ਲੰਕਾ ਕਿਹਦੀ ਢਾਉਣੀ ਹੈ ਜੀ, ਲੰਕਾ ਉਟਾ ਰਹੇ ਨਿਤੀਸ਼ ਕੁਮਾਰ ਦੀ ਜੀ। ਨਿਤੀਸ਼ ਕੁਮਾਰ ਨਾਲ ਉਹਦੀ ਬਣਦੀ ਨੀ, ਕਹਿੰਦਾ ਇਹਨੂੰ ਮੈਂ ਮੁੱਖ ਮੰਤਰੀ ਰਹਿਣ ਨੀ ਦੇਣਾ, ਤੈਨੂੰ ਮੈਂ ਮੁੱਖ ਮੰਤਰੀ ਬਣਨ ਨੀ ਦੇਣਾ, ਇਹਨੂੰ ਮੈਂ ਹਟਾਉਣਾ ਜੀ। ਉਹਨੇ ਜਿਹੜੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਉਹਦੇ ਵਿੱਚੋਂ ਬਹੁਤ ਸਾਰੀਆਂ ਟਿਕਟਾਂ ਉਹਨਾਂ ਸੀਟਾਂ ਤੋਂ ਦਿੱਤੀਆਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਜਿਹੜੀਆਂ ਸੀਟਾਂ ਦੇ ਉੱਤੇ ਨਿਤੀਸ਼ ਕੁਮਾਰ ਦੇ ਬੰਦੇ ਖੜੇ। ਅੱਛਾ ਜੀ। ਸੀਟਾਂ ਵੰਡ ਚ ਨਿਤੀਸ਼ ਕੁਮਾਰ ਨੂੰ ਚਲੀਆਂ ਗਈਆਂ, ਨਿਤੀਸ਼ ਕੁਮਾਰ ਨੇ ਆਪਣੇ ਬੰਦਿਆਂ ਨੂੰ ਟਿਕਟਾਂ ਦੇਣੀਆਂ, ਜਿਹੜੇ ਬੀਜੇਪੀ ਦੇ ਬੰਦੇ ਸੀ ਉਹਨਾਂ ਨੂੰ ਕਿਹਾ ਤਾਂ ਕਿ ਬਾਗੀ ਹੋ ਗਏ, ਮੈਨੂੰ ਲੱਗਦਾ ਬਾਗੀ ਨੀ ਹੋਈ ਜੀ, ਉਹ ਸਹਿਮਤੀ ਨਾਲ ਟਿਕਟਾਂ ਉਹਨਾਂ ਨੂੰ ਦਿੱਤੀਆਂ ਕਿ ਤੁਸੀਂ ਆ ਲਓ ਤੇ ਤੁਸੀਂ ਜਿੱਤ ਕੇ ਆਓ। ਅੱਛਾ ਜੀ। ਇਸ ਹਿਸਾਬ ਦੇ ਨਾਲ ਅਗਲੀ ਗੱਲ ਉਹਨੇ ਕਹਿ ਦਿੱਤੀ ਹੈ ਕਿ ਨਰਿੰਦਰ ਮੋਦੀ ਸਾਹਿਬ ਨੇ ਅਯੁੱਧਿਆ ਚ ਰਾਮ ਮੰਦਿਰ ਦੀ ਗੱਲ ਕਹੀ ਹੈ, ਤੇ ਹੁਣ ਮੈਂ ਜੀ ਜੇ ਸਾਡੀ ਸਰਕਾਰ ਬਣ ਗਈ ਜਿਹੜੀ ਹੈਗੀ ਹੈ ਬੀਜੇਪੀ ਦੀ ਜੀ, ਸਰਕਾਰ ਬਣਦੀ ਹੈ ਮੁੱਖ ਮੰਤਰੀ ਇਹਨਾਂ ਦੇ ਬਣਦੇ ਤੇ ਫੇਰ ਅਸੀਂ ਮਾਤਾ ਸੀਤਾ ਦਾ ਮੰਦਿਰ ਵੀ ਉੱਥੇ ਬਣਾ ਲਾਂਗੇ। ਅੱਛਾ ਜੀ। ਬਿਹਾਰ ਦੀ ਜਿਹੜੀ ਹੈ ਐਨਡੀਏ ਦੀ ਚੋਣ ਕੰਪੇਨ, ਚਾਹੇ ਨਰਿੰਦਰ ਮੋਦੀ ਹੈ ਚਾਹੇ ਉਹਦੇ ਚੇਲੇ ਵਾਲ ਕੇ ਹੈ, ਉਹ ਹੁਣ ਜਿਹੜੀ ਹੈ ਰਾਮ ਮੰਦਿਰ ਤੇ ਮਾਤਾ ਸੀਤਾ ਤੇ ਪਿਤਾ ਰਾਮ ਦੇ ਨਾਂ ਤੇ ਚੱਲਦੀ ਹੈ ਸਾਰੀ। ਚਲੋ ਕੀ ਬਣਦਾ ਜੀ। ਤੇ ਇੱਧਰ ਕਹਿੰਦੇ ਵੀ ਹੁਣ ਪੰਚਕੁਲਾ ਦੇ ਵਿੱਚ ਕਹਿੰਦੇ ਖਾਣਾ ਕੋਈ ਪਾ ਗਿਆ ਜ਼ਹਿਰੀਲਾ ਜਾਂ ਕੀ ਹੋਇਆ ਜਾਂ ਪ੍ਰਬੰਧਕਾਂ ਦਾ ਚੱਕਰ ਸੀ, ਕਹਿੰਦੇ ਪਸ਼ੂ ਜਿਹੜੇ ਆ ਕੋਈ 5 ਦਰਜਨ ਦੇ ਕਰੀਬ ਤੋਂ ਵੱਧ ਜਿਹੜੇ ਆ ਬੇਸਹਾਰਾ ਪਸ਼ੂ ਮਾਰੇ ਗਏ ਨੇ। ਦੇਖੋ ਗੱਲ ਇੱਕ ਹੈ ਕਿ ਪਸ਼ੂ ਬਹੁਤ ਵਾਰੀ ਆਪਾਂ ਸੁਣਿਆ ਕਿ ਪਸ਼ੂ ਮਰ ਗਏ, ਗਊਸ਼ਾਲਾਵਾਂ ਚ ਵੀ ਮਰਦੇ ਆ, ਬਾਹਰ ਵੀ ਮਰਦੇ ਆ, ਕਈ ਵਾਰੀ ਸ਼ਰਾਬਤੀ ਵੀ ਉਹਨਾਂ ਨੂੰ ਜ਼ਹਿਰ ਵਗੈਰਾ ਪਾ ਦਿੰਦੇ ਆ। ਲੇਕਿਨ ਸਭ ਤੋਂ ਖਤਰਨਾਕ ਗੱਲ ਹੈ ਕਿ ਜਿੱਥੇ ਪਸ਼ੂਆਂ ਨੂੰ ਰੱਖਣ ਦਾ ਪ੍ਰਬੰਧ ਕੀਤਾ ਗਿਆ, ਜਿਹਨਾਂ ਲੋਕਾਂ ਨੂੰ ਫੰਡ ਵੀ ਦਿੱਤੇ ਜਾਂਦੇ, ਤੁਸੀਂ ਕੋਈ ਵੀ ਚੀਜ਼ ਲੈਣ ਚਲੇ ਜਾਓ ਬਾਜ਼ਾਰ ਦੇ ਵਿੱਚ, ਹਰ ਚੀਜ਼ ਦੇ ਉੱਤੇ ਗਊ ਸੈਸ ਲੱਗਿਆ ਜੀ। ਸੀਮਿੰਟ ਦਾ ਕੱਟਾ ਲੈ ਲਓ ਤੁਸੀਂ, ਕੋਈ ਨਿੱਕੀ ਮੋਟੀ ਚੀਜ਼ ਲੈ ਲਓ, ਗਊ ਸੈਸ ਤੁਹਾਨੂੰ ਦੇਣਾ ਹੀ ਪੈਣਾ ਜੀ। ਗਊ ਸੈਸ ਸਰਕਾਰ ਲੈ ਲੈਂਦੀ ਹੈ, ਸਰਕਾਰ ਉਹ ਪੈਸਾ ਲਾਉਂਦੀ ਕਿੱਥੇ ਹੈ ਪਹਿਲਾਂ ਤਾਂ ਇਹ ਜੀ। ਗਊ ਸ਼ਲਾਮਾਂ ਦੇ ਕੋਲੇ ਕਾਫੀ ਮੋਟੀਆਂ ਜਾਇਦਾਦਾਂ ਵੀ ਹੈਗੀਆਂ, ਬੜੀਆਂ ਮਹਿੰਗੀਆਂ ਥਾਵਾਂ ਉਹਨਾਂ ਦੇ ਕੋਲੇ ਜੀ। ਲੇਕਿਨ ਗਊ ਸ਼ਲਾਮਾਂ ਦੀ ਹਾਲਤ ਇਹ ਹੈ ਕਿ ਗਊ ਸ਼ਲਾਮਾਂ ਦੇ ਵਿੱਚ ਉਹਨਾਂ ਦੀ ਪ੍ਰੋਪਰ ਦੇਖਭਾਲ ਨਹੀਂ ਜੀ। ਇਹ ਜਿਹੜੀਆਂ 5 ਦਰਜਨ ਦੇ ਕਰੀਬ ਤੁਸੀਂ ਜ਼ਿਕਰ ਕੀਤਾ ਕਿ ਉੱਥੇ ਪੰਚਕੂਲੇ ਦੇ ਵਿੱਚ ਗਊਆਂ ਮਰ ਗਈਆਂ, ਜ਼ਰੂਰ ਮਰ ਗਈਆਂ, ਲੇਕਿਨ ਇਹਨਾਂ ਗਊਆਂ ਦੇ ਸੰਬੰਧ ਦੇ ਵਿੱਚ ਇੱਕ ਪਿਛਲੇ ਦਿਨਾਂ ਚ ਅਲਾਹਾਬਾਦ ਹਾਈ ਕੋਰਟ ਦਾ ਇੱਕ ਫਤਵਾ ਹੈ ਜੀ। ਅਲਾਹਾਬਾਦ ਹਾਈ ਕੋਰਟ ਨੇ ਕਿਸੇ ਕੇਸ ਦੀ ਸੁਣਵਾਈ ਕਰਦਿਆਂ ਬਹੁਤ ਸਖ਼ਤ ਟਿੱਪਣੀ ਕੀਤੀ ਹੈ। ਕੇਸ ਕੀ ਸੀ ਜੀ? ਇਸ ਵਿੱਚ ਸੀ ਕਿ ਕੋਈ ਮੁਸਲਮਾਨ ਮੁੰਡਾ ਗ੍ਰਿਫ਼ਤਾਰ ਕਰ ਲਿਆ, ਉਹਦੇ ਤੇ ਇਲਜ਼ਾਮ ਲਾ ਤਾ ਕਿ ਇਹ ਬੰਦਾ ਜਿਹੜਾ ਹੈਗਾ ਗਊ ਦਾ ਮਾਸ ਲਈ ਜਾਂਦਾ ਸੀ, ਜਿਹਨੂੰ ਆਪਾਂ ਬੀਫ ਕਹਿ ਦਿੰਦੇ। ਅੱਛਾ ਜੀ। ਉਹਨੂੰ ਫੜ ਕੇ ਅੰਦਰ ਦੇਤਾ, ਅੰਦਰ ਦੇਣ ਤੋਂ ਬਾਅਦ
ਉਹਨੇ ਬੇਲ ਐਪਲੀਕੇਸ਼ਨ ਲਾਤੀ ਹਾਈਕੋਰਟ ਦੇ ਵਿਚ। ਉਹਨੇ ਜਿਹੜਾ ਜੋ ਚੀਜ਼ ਉਹਦੇ ਵਕੀਲ ਨੇ ਪੇਸ਼ ਕੀਤੀ ਉਹ ਕਹਿੰਦਾ ਜੀ ਜਿੱਥੇ ਕਹਿੰਦੇ ਆ ਵੀ ਇਹ ਮਾਸ ਬਰਾਮਦ ਹੋਇਆ ਉੱਥੇ ਬੰਦਾ ਹੀ ਹੈ ਨੀ ਸੀ। ਅੱਛਾ ਜੀ, ਇਹ ਤਾਂ ਮੌਕੇ ਤੇ ਫੜਿਆ ਹੀ ਨੀ ਗਿਆ, ਫੜਿਆ ਅਗਲੇ ਦਿਨ। ਦੂਜੀ ਉਹਨੇ ਗੱਲ ਕਹੀ ਕਿ ਜਿਹੜਾ ਮਾਸ ਕਹਿੰਦੇ ਆ ਜੀ ਵੀ ਇਹ ਮਾਸ ਗਊ ਦਾ, ਉਹ ਗਊ ਦਾ ਮਾਸ ਨੀ, ਉਹ ਮੱਝ ਦਾ ਮਾਸ ਜੀ। ਔਰ ਉਹਦਾ ਵਿਸ਼ਲੇਸ਼ਣ ਲੈਬ ਦੇ ਵਿਚੋਂ ਪੁਲਿਸ ਨੇ ਕਰਵਾਇਆ ਹੀ ਨੀ। ਜਦੋਂ ਵਿਸ਼ਲੇਸ਼ਣ ਹੀ ਨੀ ਹੋਇਆ, ਕੋਈ ਲੈਬ ਐਥੈਂਟੀਕੇਟ ਹੀ ਨੀ ਕਰਦੀ ਕਿ ਇਹ ਗਊ ਦਾ ਮਾਸ ਆ, ਤਾਂ ਫਿਰ ਇਹਨੂੰ ਕਿਵੇਂ ਮੰਨਿਆ ਜਾਵੇ? ਬਿਲਕੁਲ ਸਹੀ ਗੱਲ ਹੈ, ਗਊ ਦਾ ਮਾਸ ਨੀ। ਮਾਨ ਯੋਗ ਅਦਾਲਤ ਨੇ ਬੜੀ ਸਖ਼ਤ ਟਿੱਪਣੀ ਕੀਤੀ ਹੈ। ਮਾਨ ਯੋਗ ਅਦਾਲਤ ਨੇ ਕਹਿਤਾ ਕਿ ਜਿਹੜੀ ਗਊ ਪ੍ਰੋਟੈਕਸ਼ਨ ਐਕਟ ਹੈਗਾ ਉਹਦੀ ਦੁਰਵਰਤੋਂ ਹੋ ਰਹੀ ਹੈ ਇਸ ਦੇਸ਼ ਦੀ ਜੀ। ਇਸ ਸੂਬੇ ਦੇ ਵਿਚ ਤੁਸੀਂ ਕਿਸੇ ਤੋਂ ਪੁਸ਼ਟੀ ਕਰਵਾਉਂਦੇ ਨੀ, ਜਿਹੜੇ ਫੋਰੈਂਸਿਕ ਲੈ ਆਪਣਾ ਜਿਹੜੀ ਲੈਬ ਦੇ ਵਿਚੋਂ ਇਹਦੀ ਕੋਈ ਤੁਸੀਂ ਐਨਾਲਿਸਿਸ ਕਰਵਾਇਆ ਨੀ, ਤੇ ਇਹ ਕਿਵੇਂ ਕਹਿ ਦਿੱਤਾ ਇਹਨਾਂ ਨੇ ਗੱਲ ਕਰ। ਉਹਦੇ ਨਾਲ ਹੀ ਫਿਰ ਕਈ ਹੋਰ ਟਿੱਪਣੀਆਂ ਵੀ ਮਾਨ ਯੋਗ ਅਦਾਲਤ ਨੇ ਕੀਤੀਆਂ। ਉਹਨਾਂ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਗਊਆਂ ਜਿਹੜੀਆਂ ਹੈਗੀਆਂ ਗਊਸ਼ਲਾਵਾਂ ਚ ਰਹਿੰਦੀਆਂ, ਪਰ ਇਹ ਦੱਸੋ ਕਿ ਗਊਸ਼ਲਾਵਾਂ ਦੇ ਵਿਚ ਕੋਈ ਫੰਡਰ ਗਊ ਰਹਿੰਦੀ ਹੈ? ਦੱਸੋ ਕੋਈ ਬੁੱਢੀ ਗਊ ਰਹਿੰਦੀ ਹੈ? ਉਹ ਕਹਿੰਦੇ ਫੰਡਰ ਗਾਊਆਂ ਤੇ ਬੁੱਢੀਆਂ ਗਾਈਆਂ ਨੂੰ ਤੁਸੀਂ ਰੱਖਦੇ ਨੀ, ਤੇ ਫਿਰ ਗਊਸ਼ਲਾਵਾਂ ਦਾ ਕੀ ਮਤਲਬ? ਅਗਲੀ ਗੱਲ ਜਿਹੜੀ ਬਹੁਤ ਵਧੀਆ ਕਹਿਤੀ, ਜਿਹਦਾ ਆਪਾਂ ਅਕਸਰ ਜ਼ਿਕਰ ਕਰਦੇ ਰਹੇ, ਅਦਾਲਤ ਨੇ ਗੱਲ ਕਹੀ ਹੈ ਕਿ ਘੱਟੋ ਘੱਟ ਇਹ ਤਾਂ ਹੁਣ ਫਿਰ ਸਾਨੂੰ ਸੋਚਣਾ ਪੈਣਾ ਨਾ ਵੀ ਇਸ ਦੇਸ਼ ਦਾ ਬਣੂਗਾ ਜੀ, ਕਿਉਂਕਿ ਉਹ ਇਸ ਕਰਕੇ ਸੋਚਣਾ ਪਊਗਾ ਕਿ ਕਿਸਾਨਾਂ ਦੇ ਕੋਲ ਜਿਹੜੇ ਕਿਸਾਨ ਖੇਤੀਬਾੜੀ ਕਰਦੇ ਹੈ ਜੀ, ਉਹਨਾਂ ਕੋਲ ਜ਼ਮੀਨਾਂ ਖੇਤੀ ਦੇ ਨਾਲ ਨਾਲ ਉਹਨਾਂ ਦੇ ਸਹਾਇਕ ਧੰਦੇ ਵੀ ਬਿਲਕੁਲ ਹੈਗੇ ਜੀ। ਸਹਾਇਕ ਧੰਦਿਆਂ ਦੇ ਵਿੱਚ ਪਸ਼ੂ ਪਾਲਣ ਵੀ ਜ਼ਰੂਰੀ ਹੈ, ਔਰ ਪਸ਼ੂ ਜਿਹੜੇ ਹੈਗੇ ਆ ਜਿਹੜੇ ਬਜ਼ੁਰਗ ਪਸ਼ੂ ਹੋ ਜਾਂਦੇ ਆ, ਬਜ਼ੁਰਗ ਪਸ਼ੂਆਂ ਦਾ ਜਿਹੜਾ ਹੈਗਾ ਉਹਨਾਂ ਦੀ ਵਿਕਰੀ ਹੁੰਦੀ ਹੈ ਜੀ, ਉਹਨਾਂ ਦੀ ਖੱਡ ਦੇ ਪੈਸੇ ਵੀ ਮਿਲਦੇ ਆ, ਉਹਨਾਂ ਦੇ ਦੂਜੇ ਵੀ ਮਿਲਦੇ ਆ। ਔਰ ਨਾਲ ਉਹਨੇ ਇਹ ਗੱਲ ਕਹੀ ਹੈ, ਇੱਕ ਮੈਂ ਵੈਬਸਾਈਟ ਦੇ ਉੱਤੇ ਦੇਖ ਰਿਹਾ ਸੀ ਜੀ, ਭਾਰਤ ਦਾ ਜਿਹੜਾ ਮੀਟ ਦਾ ਕਾਰੋਬਾਰ ਹੈ, ਮੋਟੇ ਮੀਟ ਦਾ ਕਾਰੋਬਾਰ, ਉਹਦਾ ਕੰਟਰੋਲ ਕਿਹਦੇ ਕੋਲ? ਉਹਦਾ ਤਾਂ ਵੱਡੇ ਪਤਾ ਹੀ ਹੈ ਕਿਹਦੇ ਕੋਲ? ਉਹਦੇ ਚ ਵੱਡੇ ਜਿਹੜੇ ਕਾਰਪੋਰੇਟ ਕਰਾਣੇ ਆ, ਵੱਡੇ ਕਰਾਣੇ ਆ, ਅਮੀਰ ਕਰਾਣੇ ਆ, ਤੇ ਉਹਦੇ ਵਿੱਚ ਮੈਜੋਰਿਟੀ ਜਿਹੜੀ ਹੈਗੀ ਹਿੰਦੂਆਂ ਦੀ, ਉਹੀ ਮੈਂ ਕਹਿਣ ਲੱਗਾ। ਹਾਂਜੀ, ਉਹ ਤਾਂ ਆ ਗਿਆ ਜੀ, ਹਿੰਦੂ ਭਾਈਚਾਰੇ ਚ। ਮਾਨ ਯੋਗ ਅਦਾਲਤ ਨੇ ਕਿਹਾ ਕਿ ਤੁਸੀਂ ਜ਼ਰੂਰ ਹੈ ਵੀ ਕਿਸੇ ਦਾ ਮਤਲਬ ਬਿਜ਼ਨਸ ਹੈ ਗਊਸ਼ਲਾਵਾਂ ਦੇ ਨਾਂ ਤੇ ਜੀ, ਜੋ ਕੁਛ ਪੰਚਕੂਲੇ ਚ ਹੋਇਆ ਮਾੜਾ ਹੋਇਆ ਆਪਾਂ ਇਹਨੂੰ ਚੰਗਾ ਨੀ ਸਮਝਦੇ, ਪਰ ਇਹਨੇ ਮਤਲਬ ਕਈ ਅੱਖਾਂ ਕਰਦੀਆਂ ਕਿ ਅਕਸਰ ਫਿਰ ਉਹਨਾਂ ਗਊਆਂ ਨੂੰ ਜਿਹੜਾ ਜ਼ਹਿਰੀਲਾ ਜਾਂ ਮਿਲਿਆ ਤੁਹਾਡਾ ਚਾਰਾ ਮਿਲਿਆ ਜਾਂ ਕੋਈ ਰਾਸ਼ਨ ਉਹਨਾਂ ਨੂੰ ਮਿਲਿਆ ਤੇ ਉਹਨਾਂ ਕੋਲ ਪਹੁੰਚਿਆ ਤਾਂ ਪਹੁੰਚਿਆ ਕਿ ਉਹਨੂੰ ਦੇਖਿਆ ਕਿਉਂ ਨੀ? ਇੱਥੇ ਹੁਣ ਤੁਸੀਂ ਦੇਖਿਆ ਹੁਣ ਆਪਣੇ ਰੌਲਾ ਪਈ ਜਾਂਦਾ ਹੈ, ਤੇ ਕੋਰੋਨਾ ਵੇਲੇ ਜਿਹੜਾ ਗਰੀਬਾਂ ਨੂੰ ਵੰਡਣ ਵਾਸਤੇ ਆਟਾ ਆਇਆ ਸੀ ਜੀ, ਉਹ ਦਬਤਾ ਧਰਤੀ ਤੇ ਜੀ, ਉਹਦਾ ਰੌਲਾ ਪਈ ਜਾਂਦਾ। ਮੈਂ ਕਿਸੇ ਨੂੰ ਪੁੱਛਿਆ ਵੀ ਯਾਰ ਇਹ ਪਸ਼ੂਆਂ ਨੂੰ ਪਾ ਦਿੰਦੇ, ਉਹ ਕਹਿੰਦੇ ਪਸ਼ੂਆਂ ਨੂੰ ਇਸ ਕਰਕੇ ਨੀ ਪਾਇਆ ਵੀ ਜੇ ਪਸ਼ੂਆਂ ਨੂੰ ਪਾ ਦਿੰਦੇ ਤਾਂ ਉਹ ਮਰ ਜਾਂਦਾ, ਜੇ ਕੋਈ ਪਸ਼ੂ ਮਰ ਜਾਂਦਾ ਫਿਰ ਇਹ ਕਹਿ ਦੇਣਾ ਅਸੀਂ ਗਊ ਹੱਤਿਆ ਕਰਤੀ, ਫਿਰ ਕਹਿੰਦੇ ਵੀ ਹੁਣ ਤਾਂ ਕੱਲਾ ਇਹ ਹੈ ਵੀ ਸਰਕਾਰ ਲੁੱਟੀ ਹੈ, ਲੁੱਟੀ ਹੈ, ਇਹ ਕਰੀ ਜਾਂਦੇ, ਸਰਕਾਰ ਮਾੜੀ ਹੈ, ਫਿਰ ਕਹਿ ਦੇਣਾ ਅਸੀਂ ਵਿੱਤ ਮੰਤਰੀ ਦੇ ਖਿਲਾਫ਼ ਪਰਚਾ ਦਿਓ ਜੀ, ਉਹਨੇ ਪਸ਼ੂ ਮਾਰਤੇ। ਹਾਲਾਂਕਿ ਅਜੇ ਤੱਕ ਇਹ ਪੁਸ਼ਟੀ ਨੀ ਹੋ ਸਕੀ ਕਿ ਉਹ ਸੱਚਮੁੱਚ ਉਹ ਰਾਸ਼ਨ ਸੀ ਜਿਹੜਾ ਪੰਜਾਬ ਸਰਕਾਰ ਨੇ ਭੇਜਿਆ ਸੀ ਜੀ, ਜਾਂ ਫਿਰ ਲੋਕਾਂ ਤੋਂ ਇਕੱਠਾ ਕੀਤਾ ਸੀ, ਲੋਕਾਂ ਤੋਂ ਇਕੱਠਾ ਕੀਤਾ ਸੀ ਤਾਂ ਕਹਿੰਦੇ ਲੋਕਾਂ ਤੋਂ ਇਕੱਠਾ ਕੀਤਾ ਹੋਇਆ, ਇਹ ਦਾਵਾ ਕਰਦੇ ਆ ਕਾਰਪੋਰੇਸ਼ਨ ਵਾਲੇ। ਵੱਡੀ ਗੱਲ ਕੀ ਹੈ ਕਿ ਤੁਸੀਂ ਜਿਹੜੇ ਹੈਗੇ ਜਿਸ ਮਕਸਦ ਵਾਸਤੇ ਗਊਸ਼ਲਾਵਾਂ ਖੋਲੀਆਂ ਗਈਆਂ, ਜਿਸ ਮਕਸਦ ਵਾਸਤੇ ਲੋਕਾਂ ਤੋਂ ਟੈਕਸ ਲਿਆ ਜਾਂਦਾ ਉਹ ਉੱਥੇ ਇਸਤੇਮਾਲ ਕਰੋ, ਇਹ ਗੱਲ ਹੀ ਨਾ ਹੋਵੇ। ਹੁਣ ਤਾਂ ਗਊਆਂ ਮਰਦੀਆਂ, ਵੈਸੇ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਅੱਤਵਾਦ ਦੌਰਾਨ ਉਹਨੇ ਬੰਦੇ ਨੀ ਮਰੇ ਸੀ, ਜਿੰਨੇ ਐਕਸੀਡੈਂਟਾਂ ਨਾਲ ਮਰੇ, ਤੇ ਜ਼ਿਆਦਾਤਰ ਐਕਸੀਡੈਂਟ ਹੈ ਜਿਹੜੇ ਉਹ ਗਊ ਮਾਤਾ ਦੀ ਬਦੌਲਤ ਹੁੰਦੇ ਆ, ਜਿੰਨਾ ਆਵਾਰਾ ਗਊ। ਮੇਰੀ ਤਾਂ ਆਪ ਕੱਲ ਪਰਸੋਂ ਗੱਡੀ ਭੰਨਤੀ ਜੀ ਰਾਤ ਨੂੰ, ਮੈਂ ਕਹਿੰਦਾ ਤੁਹਾਡੀ ਜਾਨ ਬਚ ਗਈ ਹੈ ਬਹੁਤ ਹੈ। ਲੜਦੇ ਲੜਾਉਂਦੇ ਪਤਾ ਨੀ ਕਿਧਰੋਂ ਆ ਗਏ ਜੀ, ਤਿੰਨ ਚਾਰ ਤੇ ਫੜਾਕ ਫੜਾਕ ਵੱਜੇ, ਮੈਨੂੰ ਤਾਂ ਉਹਦੀ ਅੱਖਾਂ ਜੀਆਂ ਮੂਹਰੇ ਹਨੇਰਾ ਆ ਗਿਆ, ਮੈਂ ਕਿਹਾ ਕਿਸੇ ਨੇ ਫਾਇਰ ਤਾਂ ਨੀ ਕਰਤਾ ਕਿਤੇ? ਨਹੀਂ ਜੀ, ਚੰਡੀਗੜ੍ਹ ਤੋਂ ਜਦੋਂ ਤੁਸੀਂ ਆਉਣੇ ਜੀ, ਚੰਡੀਗੜ੍ਹ ਦੇ ਵਿੱਚ ਤੁਹਾਨੂੰ ਰਸਤੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਗਊ ਦਾ ਜਾਇਆ ਮਰਿਆ ਪਿਆ ਮਿਲਦਾ ਹੋਊ, ਜਾਂ ਕੋਈ ਨਾ ਕੋਈ ਐਕਸੀਡੈਂਟ ਹੋ ਕੇ ਬੰਦਾ ਮਰਿਆ ਪਿਆ ਮਿਲਦਾ, ਇਹ ਹਾਲਤ ਹੋਈ ਹੈ। ਵੈਸੇ ਢਿੱਲੋਂ ਸਾਹਿਬ ਤੁਸੀਂ ਗੱਲ ਕੀਤੀ ਸੀ ਗਊਆਂ ਦੀ, ਮੈਂ ਹੁਣ ਅੱਜ ਮੇਰੇ ਕੋਲ ਕਿਸਾਨ ਆਏ ਕਹਿੰਦੇ ਜੀ ਅੱਗੇ ਮੈਂ ਉਹ ਕਨਫਰਮ ਕਰਨਾ ਥੋੜਾ ਜਿਹਾ ਗੱਲ ਆਪਾਂ ਕਰਦੇ ਹੋਰ ਵੀ, ਕਿਉਂਕਿ ਗੱਲ ਇਸ ਕਰਕੇ ਕਰਦੇ, ਕਹਿੰਦੇ ਜੀ ਜਦੋਂ ਗਲਘੋਟੂ ਦਾ ਟੀਕਾ ਲਾਉਂਦੇ ਆ ਤਾਂ ਕੰਨ ਦੇ ਵਿੱਚ ਮੁਰਕੀ ਪਾ ਜਾਂਦੇ ਆ ਪਸ਼ੂ ਮਹਿਕਮੇ ਵਾਲੇ, ਪ੍ਰਾਣੀਆਂ ਜਿਵੇਂ ਆਪਾਂ ਕਹਿੰਦੇ ਟੈਗ ਪਾ ਦਿੰਦੇ ਆ, ਕਹਿੰਦੇ ਫਿਰ ਉਹ ਟੈਗ ਨੂੰ ਜਿਹੜਾ ਤੁਹਾਡੇ ਆਧਾਰ ਕਾਰਡ ਨਾਲ ਜੋੜਦੇ ਆ, ਕਹਿੰਦੇ ਜੀ ਕਿਤੇ ਇਹ ਟੈਕਸ ਟੁਕਸ ਲੈਣ ਦਾ ਤਾਂ ਨੀ ਚੱਕਰ ਪਸ਼ੂਆਂ ਦੇ ਉੱਤੇ, ਕਿਉਂਕਿ ਬੱਲੂਆਂ ਨੇ ਪਿੰਡ ਚ ਕਾਫੀ ਰੌਲਾ ਪੈ ਗਿਆ ਇਹ ਕੱਲ। ਟੈਕਸ ਤਾਂ ਹੁਣ ਕਾਸੇ ਨੂੰ ਕਹਿੰਦੇ ਜੀ, ਉਸੇ ਗੱਲ ਤੇ ਟੈਕਸ ਲੱਗਦਾ, ਟੈਕਸ ਤਾਂ ਰੋਟੀ ਖਾਣ ਤੇ ਵੀ ਲੱਗ ਜਾਂਦਾ। ਅੱਜ ਪੂਰੀ ਅੱਜ ਕਹਿੰਦੇ ਪੂਰੀ ਚਰਚਾ ਜੀ, ਕਹਿੰਦੇ ਕਿਸੇ ਨੇ ਪਾਇਆ, ਮੈਂ ਤਾਂ ਨੈਟ ਤੇ ਪੜ੍ਹੀ ਜਾਂਦੇ, ਮੈਨੂੰ ਮਿਲਿਆ ਨੀ, ਕਹਿੰਦੇ ਕਰੋੜ ਰੁਪਏ ਦਾ ਜੁਰਮਾਨਾ ਕਰਤਾ ਕਹਿੰਦੇ ਉਹ ਤੇ ਪਰਾਲੀ ਸਾੜਨ ਤੇ, ਪਰ ਮੈਨੂੰ ਹਜੇ ਗੱਲਬਾਤ ਨੀ ਪੁਸ਼ਟੀ ਨੀ ਹੋਈ ਇਹਦੀ, ਕਿਉਂਕਿ ਇਹ ਉਹ ਬੰਦਿਆਂ ਨੇ ਅਪਡੇਟ ਪਾਈ ਹੈ ਜਿਹੜੇ ਕਿਸੇ ਟਾਈਮ 2 ਸਾਲ ਪਹਿਲਾਂ ਕਿਸਾਨਾਂ ਵਿਰੁੱਧ ਜਿਹੜਾ ਉਹਨਾਂ ਨੇ ਕੱਢੀਆਂ ਸੀਗੀਆਂ ਰੈਲੀਆਂ ਕੱਢੀਆਂ ਸੀ।
ਚਲੋ ਉਹ ਤਾਂ ਪਾਪਾ ਨੂੰ ਕੱਲ ਪਤਾ ਲੱਗ ਜੂਗਾ ਜੀ, ਕੱਲ ਤੱਕ ਲੱਗ ਨੀ ਪਤਾ, ਗੱਲ ਗੁੱਝੀ ਨੀ ਰਹਿੰਦੀ। ਲੇਕਿਨ ਜਿਹੜੀ ਮੈਨੂੰ ਤਾਂ ਗੱਲ ਯਾਦ ਆਉਂਦੀ ਹੈ, ਕੁਛ ਦਿਨ ਪਹਿਲਾਂ ਸੁਨੀਲ ਜਾਖੜ ਨੇ ਇੱਕ ਗੱਲ ਕਹੀ ਸੀ ਜੀ। ਉਹ ਕਹਿੰਦਾ ਵੀ ਰੇਲਵੇ ਦੇ ਜਿਹੜੇ ਡਰਾਈਵਰ ਆ, ਰੇਲਵੇ ਦਾ ਅਮਲਾ ਸ਼ਮਲਾ, ਉਹਨੂੰ ਤਾਂ ਅਸੀਂ ਬਚਾ ਲਾਂਗੇ, ਉਹਨਾਂ ਦੀ ਪ੍ਰੋਟੈਕਸ਼ਨ ਤਾਂ ਅਸੀਂ ਕਰਾਂਗੇ, ਤੇ ਨਰਿੰਦਰ ਮੋਦੀ ਜੀ ਇਹ ਦੱਸੋ ਕਿ ਸਾਡੇ ਪੰਜਾਬ ਦੀ ਪ੍ਰੋਟੈਕਸ਼ਨ ਕੌਣ ਕਰੂਗਾ, ਤੇ ਸਾਡੀ ਖੇਤੀ ਨੂੰ ਤਾਂ ਖਾਣ ਲੱਗੇ ਹੋਏ ਆ, ਤੇ ਕੱਲ ਨੂੰ ਜਿਹੜਾ ਅਸੀਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣੇ ਆ, ਇੱਕ ਵਿਸ਼ੇਸ਼ ਬ੍ਰਾਂਡ ਹੈ ਪੰਜਾਬ ਦਾ, ਕਿਤੇ ਇਹ ਤੇ ਟੈਕਸ ਨਾ ਲਾ ਲਿਓ। ਨਹੀਂ ਮਾਰਕਫੈਡ ਨੀ ਜੀ, ਜਿਹੜਾ ਆਪਾਂ ਖੇਤਾਂ ਦੇ ਵਿੱਚੋਂ ਵੀ ਤਾਜ਼ਾ ਤੋੜ ਕੇ ਖਾਂਦੇ ਆ, ਤਾਜ਼ੀ ਤੋੜਦੇ ਆ ਜਿਹੜੀ ਮੱਕੀ। ਪੈਟਰਨ ਨਾ ਕਰਾ ਲਿਓ ਕਿਤੇ, ਜਿਹੜੇ ਪੰਜਾਬ ਵਾਲੇ ਮੱਕੀ ਕਿਉਂ ਖਾਂਦੇ, ਜਿਵੇਂ ਤੁਸੀਂ ਤੂੜੀ ਵਾਲੀ ਗੱਲ ਆਪਣੀ ਦੱਸੀ, ਪਰਾਲੀ ਵਾਲੀ ਗੱਲ ਦੱਸੋ, ਮੱਕੀ ਦੀ ਰੋਟੀ ਤੇ ਸਾਗ ਕਿਉਂ ਖਾਂਦੇ ਨੇ, ਤੇ ਇਹ ਟੈਕਸ ਲਾ ਦਿਓ, ਪਸ਼ੂਆਂ ਦਾ ਟੈਕਸ ਵੀ ਲਾਇਆ ਜਾ ਸਕਦਾ, ਸਭ ਕੁਛ ਹੀ ਹੋ ਸਕਦਾ। ਸਭ ਸੱਤ ਬਚਨ ਆ ਜੀ, ਜੰਗਲ ਪਾਣੀ ਤੇ ਤਾਂ ਲਾਇਆ ਹੀ ਹੋਇਆ ਵੀ ਫਲੱਕਾਂ ਕਿੰਨੀਆਂ ਚੱਲਦੀਆਂ ਕਿਸੇ ਦੇ ਘਰੇ। ਬਿਲਕੁਲ 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 ਗੱਲਬਾਤ ਕਰਾਂਗੇ ਹਫ਼ਤੇ ਭਰ ਦੇ ਭਖਦੇ ਮਸਲੇ ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ, ਆਹ ਜਿਹੜੀ ਤੂੰ ਟ੍ਰੈਵਲਿੰਗ ਕਰਦਾ ਓਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟ੍ਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-7973-54। ਜੱਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਜੇ ਤਿਆਰ ਨਹੀਂ ਹੋਏ, ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ ਚ? ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨੀ। ਕਿਉਂ, ਕੀ ਹੋ ਗਿਆ? ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ, ਘਰੇ ਤਾਂ ਆਉਣਾ ਨੀ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨੀ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ ਉਹ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ, ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-409-2000 ਜਾਂ ਫਿਰ ਕਾਲ ਕਰੋ 204-777-0460। ਰਾਣਾ ਸ਼ੂਗਰ ਲਿਮਿਟਡ ਬੋਟਰ ਸਿਵੀ ਅੰਮ੍ਰਿਤਸਰ ਦਾ ਵੱਡਾ ਦਾਵਾ, ਚੁਕੰਦਰ ਦੀ ਖੇਤੀ ਕਰੋ, ਕਣਕ ਨਾਲੋਂ ਵੱਧ ਮੁਨਾਫਾ ਕਮਾਓ। ਬਿਜਾਈ ਦਾ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਹੈ ਤੇ ਜਿਸ ਜਗ੍ਹਾ ਤੇ ਚੁਕੰਦਰ ਦੀ ਖੇਤੀ ਹੁੰਦੀ ਹੈ ਉਸ ਦੀ ਉਪਜਾਊ ਸ਼ਕਤੀ ਵਧਦੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਸੁਖਚੈਨ ਸਿੰਘ ਹੋਰਾਂ ਨਾਲ 9888-9997-609, 98-88-99-76-09। ਚੁਕੰਦਰ ਦੀ ਖੇਤੀ ਕਰੋ, ਵੱਧ ਆਮਦਨ। ਰਾਣਾ ਸ਼ੂਗਰਸ ਲਿਮਿਟਡ ਬੁੱਟਰ ਸਿਵੀਆਂ ਅੰਮ੍ਰਿਤਸਰ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ, ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556-200-2064 ਅਤੇ 85560-0-71। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ ਕੁਇਕ ਟਰੱਕ ਲਿਊਬ.com, QTL, ਬਿਕੋਜ਼ ਵੀ ਕੇਅਰ। Quick Truck Lube!
ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾਂ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ, ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। ਦੋ ਪਰੌਂਠੇ ਸਿਰਫ 499 ਚ, ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ, ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6615885 8651 885 8858 एड्रेस 2201 साउथ यूनियन एवेन्यू बेकर्सफील्ड कैलिफोर्निया 93307 यूनियन विलेज। जेबी ट्रक रिपेयर यूपा सिटी सर्टिफाइड क्यूमिंस डेट्रॉइट फ्रेटलाइनर वेस्टर्न स्टार वॉल्वो कैटरपिलर अते सीरीज 60 इंजन्स इंटरनेशनल अते ऑटोमेटिक ट्रांसमिशन्स 5 साल दा फ्रेटलाइन डीलरशिप दा एक्सपीरियंस ए इंजन ट्रक ट्रेलर एसी इलेक्ट्रिकल डीपीएफ डीईएफ रिपेयर करदे हन ट्रांसमिशन रियर एंड ब्रेक्स ऑयल चेंज कर देंदे हन सर्टिफाइड 90 डे डीओटी इंस्पेक्शन अते सर्टिफाइड एनुअल फेडरल डीओटी इंस्पेक्शन करते हैं 100 माइल दे रेडियस विच रोड असिस्टेंस 24/7 नवे कस्टमर्स लई 10% डिस्काउंट हफ्ते दे 7 दिन सवेरे 7 तों शामी 7 बजे तक खुले रहंदे हन होर जानकारी लई कॉल जगरूप बॉयल 916-696-0634 या जगराज बल 530-339-15 एड्रेस 3894 रेल रोड एवेन्यू यूबा सिटी इत्थे हुण ट्रकां दे यूज्ड ते ब्रांड न्यू टायर भी मिलदे हन ट्रेंच विधि नाल गन्ने दी बिजाई करो अस्सू महीने दे विच ट्रेंच विधि नाल गन्ना बीज के तुसी ज्यादा झाड़ लै सकदे हो ते इस विच रलवियां फसलां बीज के आमदन च चोखा वाधा कर सकदे हो। राणा शुगर मिल तुहानू दवाईयां ते संद ते ढुकवीं सबसिडी भी दिंदी है ते गन्ने दी जानकारी लई संपर्क करो मनदीप सिंह होरां नाल 80-54-01-82-81 8054018